ਸੋ ਲੱਕੀ ਬਾਈ, ਮੈਂ ਲੱਗਦਾ ਕਿ ਇਹ ਫਿਲਮ ਨੇ ਤੁਹਾਨੂੰ ਇੰਨੀ ਪਛਾਣ ਮੇਰਾ ਦਿੱਤੀ ਸਵਾਗਤ ਨਹੀਂ ਕਰਨਾ ਪਹਿਲਾਂ ਜੀ ਸਲਮਾਨ ਖਾਨ ਬਾਈ ਬਣ ਗਏ ਹੈ ਬਾਲੀਵੁੱਡ ਦੇ। ਸਹੀ ਬਾਈ, ਸੋ ਕਰਮਜੀਤ ਬਾਈ, ਮਤਲਬ ਤੁਹਾਡੇ ਕੋਲ ਤਾਂ ਨਹੀਂ ਨਾ ਆਪਸ਼ਨ ਹੈਗਾ ਕੋਮੇਡੀ ਵਾਲਾ, ਤੁਸੀਂ ਤੁਹਾਡਾ ਤਾਂ ਦੇਖ ਕੇ ਹੀ ਲੱਗਦਾ ਹੈ ਵੀ ਯਾਰ ਇਹ ਪੱਕਾ ਹੀਰੋਇਨ ਨੂੰ ਚੱਕ ਕੇ ਲੈ ਕੇ ਆਊਗਾ। ਦੀਦੀ ਦੱਸੋ, ਅੱਜ ਕੁੜੀਆਂ ਕਿਵੇਂ ਕਰ ਲੈਂਦੀਆਂ ਨੇ ਇਹ ਚੀਜ਼ਾਂ, ਜਿਵੇਂ ਹੁਣ ਅਸੀਂ ਸਮੋਸੇ ਖਾਣੇ ਹੋਣ ਨਾ, ਸਾਨੂੰ ਤਾਂ ਇੱਕੋ ਹੀ ਸਮੋਸੇ ਦੇ ਬਾਰੇ ਪਤਾ ਹੈ ਆਲੂ ਵਾਲੇ, ਇਹਨਾਂ ਨੂੰ ਬਹੁਤ ਜ਼ਿਆਦਾ ਸਮੋਸਿਆਂ ਬਾਰੇ ਪਤਾ ਹੁੰਦਾ ਯਾਰ, ਇਹ ਕਿਵੇਂ ਹੁੰਦਾ ਆ ਇਹ? ਯਾਰ ਇਹ ਤਾਂ ਕੁਦਰਤ ਵੱਲੋਂ ਦੇਣ ਆ ਕਿ ਆਪਣਾ ਦਿਮਾਗ ਬਹੁਤ ਤੇਜ਼ ਹੈ। ਕਲਮ ਟੋਲੀ ਜੀ ਕੌਣ ਕਰਦਾ? ਕੋਈ ਨਹੀਂ ਯਾਰ, ਕਰ ਲਾਂਗੇ ਯਾਰ, ਹੁਣੇ ਕਰਦੇ ਹਾਂ ਯਾਰ, ਥੋੜ੍ਹੀ ਦੇਰ 'ਚ ਕਰਦੇ ਹਾਂ ਯਾਰ। ਬਰਾੜ ਤੂੰ ਪੁੱਛ ਲਓ, ਦੋਸਤੋ ਗੱਲ ਇੱਦਾਂ ਆ ਜੀ ਕਿ ਆਪਾਂ ਅੱਜ ਗਾਂਧੀ 3 ਫਿਲਮ ਬਾਰੇ ਗੱਲਬਾਤ ਕਰਨੀ ਆ ਜੀ। ਸਟਾਰ ਕਾਸਟ ਸਾਡੇ ਨਾਲ ਮੌਜੂਦ ਆ, ਸੋ ਗਾਂਧੀ 1 ਤੇ 2 ਨੂੰ ਬਹੁਤ ਪਿਆਰ ਮਿਲਿਆ ਆ, ਬੇਸ਼ੁਮਾਰ ਪਿਆਰ ਮਿਲਿਆ ਸੀਗਾ। ਆਪਾਂ ਇੱਦਾਂ ਹੀ ਨੈਚੁਰਲੀ ਗੱਲਾਂ ਕਰਨੀਆਂ ਨੇ। ਕਲੀਅਰ ਬਾਈ ਦਾ ਮੈਂ ਸਵਾਗਤ ਕਰਦਾ ਹਾਂ, ਉਹ ਤੋਂ ਬਾਅਦ ਆਪਾਂ ਇੱਕ ਇੱਕ ਕਰਕੇ ਸਾਰੀ ਸਟਾਰ ਕਾਸਟ ਨਾਲ ਗੱਲ ਕਰਾਂਗੇ ਕੀ ਕੁਛ ਖਾਸ ਲੈ ਕੇ ਆਏ ਆ, ਅਤੇ ਸਿਨੇਮਾ ਜਿਹੜਾ ਪੰਜਾਬੀ ਚੱਲ ਰਿਹਾ ਇਸ ਵਕਤ ਔਰ ਉਹਦੇ 'ਚ ਕੀ ਕੁਛ ਨਵਾਂ ਹੋ ਰਿਹਾ ਆ, ਕੀ ਕੁਛ ਘੈਂਟ ਹੋ ਰਿਹਾ ਆ, ਉਹ ਸਾਰੀਆਂ ਵੀ ਡਿਸਕਸ਼ਨ ਥੋੜ੍ਹੀ ਬਹੁਤ ਕਰ ਲਵਾਂਗੇ। ਪਰ ਇਸ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਕਲੀਅਰ ਬਾਈ, ਬਾਈ ਕੀ ਹਾਲ ਨੇ ਜੀ? ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਹਾਲ ਚਾਲ, ਤੁਸੀਂ ਦੱਸੋ ਜੀ, ਜ਼ਿੰਦਗੀ ਦਾ ਸਫ਼ਰ ਕਿਵੇਂ ਚੱਲ ਰਿਹਾ? ਬਹੁਤ ਨਿਆਰੇ ਸਰ। ਰਾਈਟ, ਸੋ ਗਾਂਧੀ 3 ਦੀ ਆਪਾਂ ਗੱਲਬਾਤ ਕਰਨ ਵਾਲੇ ਹਾਂ, ਸ਼ੂਟ ਤੋਂ ਬਾਅਦ ਮੈਂ ਲੱਗਦਾ ਹੁਣ ਦੁਬਾਰੇ ਸਾਰੀ ਸਟਾਰ ਕਾਸਟ ਇਕੱਠੀ ਹੋਈ ਆ, ਰੌਣਕਾਂ ਮੇਲੇ ਲੱਗ ਰਹੇ ਨੇ ਪੂਰੇ ਜੀ, ਪੂਰੇ ਜੀ ਪੂਰੇ, ਕਿਉਂਕਿ ਗਾਂਧੀ ਬੰਦ ਤੋਂ ਇਹ ਮੇਲਾ ਸ਼ੁਰੂ ਹੋਇਆ ਅਤੇ ਹੁਣ ਤੱਕ ਜਾਰੀ ਹੈ, ਅਤੇ ਉਹ ਉਸੇ ਤਰੀਕੇ ਦੀ ਐਨਰਜੀ, ਉਹੀ ਇੰਜੋਇਮੈਂਟ ਚੱਲ ਰਿਹਾ। ਰਾਈਟ, ਸੋ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਮੈਂ ਇਸ ਕਮਰੇ 'ਚ ਆਇਆ ਨਾ, ਇਹਦੀ ਬਹੁਤ ਸਫਾਈ ਕਰਨ ਨੂੰ ਟਾਈਮ ਲੱਗਿਆ, ਘੰਟਾ ਕੁ ਲੱਗਿਆ ਆ, ਬਹੁਤ ਕੁਛ ਖਾਇਆ ਪੀਆ ਸੀਗਾ, ਬਹੁਤ ਕੁਛ ਔਡਰ ਕੀਤਾ ਸੀਗਾ, ਸੋ ਮੈਂ ਜਾਣਨਾ ਚਾਹੁੰਦਾ ਕਿ ਮਤਲਬ ਫੰਕਸ਼ਨ ਹੋ ਰਿਹਾ, ਕੀ ਕੁਛ ਔਡਰ ਕੀਤਾ ਸੀਗਾ ਖਾਣ ਨੂੰ? ਮਤਲਬ ਯਾਰ ਅੰਗਰੇਜ਼ੀ ਜੇ ਨਾਂ ਸੀ ਕੁਛ, ਮੈਨੂੰ ਉਹਨਾਂ ਦੀ ਉਹ ਦਿੱਤੀ, ਉਹਨਾਂ ਨੇ ਔਡਰ ਕੀਤਾ ਸਾਡੇ ਸਿਮਰ ਮੈਮ ਨੇ, ਉਹਨਾਂ ਨੇ ਕਰਿਆ ਸੀਗਾ, ਉਹ ਕੀ ਸੀ ਰੋਲ ਦਾ ਮੈਨੂੰ ਪਤਾ, ਹਾਂਜੀ ਕਿਹੜਾ ਰੋਲ ਸੀ ਉਹ ਨਹੀਂ ਪਤਾ, ਕੀ ਸੀ ਉਹ ਦੱਸ ਦਿਓ। ਅਸੀਂ ਡਾਕਟਰ ਡਾਈਟ ਤੋਂ ਬੀਟਰੂਟ ਰੋਲ ਮੰਗਵਾਇਆ ਸੀਗਾ, ਐਡ ਕਰ ਦਿੱਤਾ, ਉਹ ਪੈਸੇ ਲਿਖੇ, ਹੁਣ ਸਾਨੂੰ ਚਾਹੀਦੇ ਜੀ। ਕੀ ਹਾਲ ਚਾਲ ਨੇ ਤੁਹਾਡੇ? ਵਧੀਆ ਜੀ, ਬਹੁਤ ਵਧੀਆ, ਸਵਾਦ ਆਇਆ ਮਤਲਬ ਫਿਲਮ ਕਰਕੇ? ਮੈਨੂੰ ਲੱਗਾ ਕਿ ਸਵਾਦ ਆਇਆ ਖਾ ਕੇ ਬੀਟਰੂਟ ਦਾ, ਤੁਹਾਨੂੰ ਇੰਨੀ ਪਛਾਣ ਮੇਰਾ ਸਵਾਗਤ ਨਹੀਂ ਕਰਨਾ ਪਹਿਲਾਂ ਜੀ ਸਲਮਾਨ ਖਾਨ ਬਾਈ ਬਣ ਗਏ ਹੈ ਬਾਲੀਵੁੱਡ ਦੇ। ਸਹੀ ਬਾਈ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਦਿਲ ਦੀ ਗਹਿਰਾਈਆਂ ਦੇ ਵਿੱਚ ਤੁਹਾਡਾ ਸਵਾਗਤ ਆ। ਸੋ ਗਾਂਧੀ 3 ਦੀ ਗੱਲਬਾਤ ਕਰਨ ਚਾਹਾਂਗੇ, ਕਿ ਸੋ ਇੱਕ ਇੱਦਾਂ ਦੀ ਫਿਲਮ ਆ ਜਿਹਦੇ ਕਰਕੇ ਤੁਹਾਨੂੰ ਬਹੁਤ ਪਛਾਣ ਮਿਲੀ ਸੀਗੀ, ਸੋ ਕਈ ਆਰਟਿਸਟ ਹੁੰਦੇ ਆ ਜਿਹਨਾਂ ਦੇ ਡਾਇਲੋਗ ਚੱਲਦੇ ਆ, ਮਤਲਬ ਤੁਹਾਡਾ ਇੱਕ ਇਸ਼ਾਰਾ ਹੀ ਚੱਲਿਆ ਸੀਗਾ, ਜਿਵੇਂ ਬਿੰਨੂ ਬਾਈ ਦਾ ਨਹੀਂ ਚੱਲਿਆ ਸੀਗਾ, ਇੱਦਾਂ ਤੁਹਾਡਾ ਵੀ ਮੈਂ ਹਨਾ, ਮਤਲਬ ਇਸ ਦੇ ਵਿੱਚ ਵੀ ਪਾਇਆ ਗਿਆ, ਗਾਂਧੀ 3 ਦੇ ਵਿੱਚ ਵੀ ਪਾਇਆ ਗਿਆ, ਕੰਟੀਨਿਊਟੀ ਹੈ ਨਾ। ਹਾਂ, ਅਤੇ ਕਿੰਨੀ ਕੁ ਸਪੈਸ਼ਲ ਆ ਤੁਹਾਡੇ ਲਈ ਗਾਂਧੀ ਸੀਰੀਜ਼, ਮੈਂ ਜਾਣਨਾ ਚਾਹੁੰਦਾ ਹਾਂ। ਬਹੁਤ ਸਪੈਸ਼ਲ ਆ ਜੀ, ਸ਼ੁਰੂਆਤ ਹੀ ਇੱਥੋਂ ਹੀ ਹੋਈ ਆ। ਹਾਂ, ਸੋ ਸਪੈਸ਼ਲ ਤਾਂ ਹੋਣੀ ਆ। ਰਾਈਟ, ਸੋ ਨਵਦੀਪ ਭਾਈ, ਮੈਂ ਜਾਣਨਾ ਚਾਹੁੰਦਾ ਕਿ ਹੁਣ ਆਪਾਂ ਜੇ ਗੱਲਬਾਤ ਕਰੀਏ ਕਰੰਟ ਸਿਨੇਮਾ ਦੀ, ਹੈ ਨਾ ਜੀ, ਬਾਲੀਵੁੱਡ ਸਿਨੇਮਾ ਦੀ ਗੱਲ ਕਰੀਏ, ਹੁਣ ਆਪਾਂ ਕਰੰਟ ਦੇਖੀਏ ਕਿ ਇਸਤਰੀ 2 ਦੀ ਬਹੁਤ ਕਮਾਈ ਸਾਹਮਣੇ ਆ ਰਹੀ ਆ, ਹੈ ਨਾ, ਉਹ ਰਾਜਕੁਮਾਰ ਰਾਓ, ਪੰਕਜ ਤ੍ਰਿਪਾਠੀ ਔਰ ਚਲਾਈ ਜਾਂਦੇ ਆ ਫਿਲਮ ਨੂੰ, ਮੈਨੂੰ ਲੱਗਦਾ ਕਿ ਹੁਣ ਰੀਅਲ ਸਿਨੇਮੇ ਵੱਲ ਵੱਧ ਰਹੇ ਹਾਂ ਆਪਾਂ, ਉਹ ਖੁਸ਼ੀ ਇਸ ਗੱਲ ਦੀ ਆ ਕਿ ਕਿਤੇ ਨਾ ਕਿਤੇ ਆਪਾਂ ਪੰਜਾਬ ਵਿੱਚ ਵੀ ਉਹੀ ਚੀਜ਼ ਹੋ ਰਹੀ ਆ। ਓਏ ਭੋਲੇ ਬਹੁਤ ਹਿੱਟ ਹੋਈ ਸੀਗੀ, ਤੁਹਾਨੂੰ ਪਤਾ ਹੈ, ਹੈ ਨਾ, ਜਗਜੀਤ ਬਾਈ ਤੁਹਾਡੇ ਨਾਲ ਕੰਮ ਕਰਦੇ ਰਹੇ ਆ, ਗਾਂਧੀ ਸੀਰੀਜ਼ ਦੇ ਵਿੱਚ ਵੀ ਸੀਗੇ ਉਹ, ਹੈ ਨਾ, ਸੋ ਇਹ ਕਿਤੇ ਨਾ ਕਿਤੇ ਖੁਸ਼ੀ ਦਿੰਦੀ ਹੈ ਇਹ ਚੀਜ਼ ਵੀ, ਯਾਰ ਹੁਣ ਪੰਜਾਬ ਦੇ ਆਰਟਿਸਟ ਜਿਹੜੇ ਆਡੀਅੰਸ ਆ ਉਹ ਵੀ ਪਛਾਣਨ ਲੱਗ ਗਈ ਵੀ ਹੁਣ ਮਤਲਬ ਰੀਅਲ ਸਿਨੇਮੇ ਨੂੰ, ਹੈ ਨਾ। ਖੁਸ਼ੀ ਤਾਂ ਬਿਲਕੁਲ ਹੈਗੀ ਹੈ, ਐਜ਼ ਐਨ ਆਰਟਿਸਟ ਬਹੁਤ ਜ਼ਿਆਦਾ ਖੁਸ਼ੀ ਹੈ, ਕਿਉਂਕਿ ਜਿਹੜੇ ਹੋਰ ਆਰਟਿਸਟ ਆ ਰਹੇ ਨੇ ਨਵੇਂ ਇੰਡਸਟਰੀ ਦੇ ਵਿੱਚ, ਉਹਨਾਂ ਲਈ ਇੱਕ
ਹੋਰ ਜ਼ਿਆਦਾ ਓਪਰਚੁਨਿਟੀਜ਼ ਹੋਣਗੀਆਂ, ਕਿਉਂਕਿ ਸਾਡੇ ਅਸੀਂ ਜਦੋਂ ਕੰਮ ਕਰਨਾ ਸਟਾਰਟ ਕੀਤਾ ਉਦੋਂ ਪਹਿਲਾਂ ਤਾਂ ਫਿਲਮ ਹੀ ਇੱਕ ਅੱਧੀ ਬਣਦੀ ਹੁੰਦੀ ਸਾਲ 'ਚ, ਦੋ ਚਾਰ ਤਿੰਨ ਸਾਲਾਂ 'ਚ ਇੱਕ, ਤਾਂ ਜਦੋਂ ਬੰਦ ਲੱਗੀਆਂ ਫਿਰ ਦੌਰ ਐਸਾ ਹੋਇਆ ਵੀ ਉਸ ਮੁਕਾਮ ਤੱਕ ਪਹੁੰਚਣ ਲਈ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਹੈ। ਪਰ ਹੁਣ ਉਹੀ ਗੱਲ ਆ ਵੀ ਕੰਟੈਂਟ ਆ ਜੋ ਆਡੀਅੰਸ ਸਟੋਰੀ ਜੋ ਹੈ ਉਹਨੂੰ ਪਿਆਰ ਕਰਦੀ ਹੈਗੀ, ਐਕਟਰ ਨੇ ਜੇ ਚੰਗੇ ਉਸ ਕੰਟੈਂਟ ਦੇ ਵਿੱਚ ਤਾਂ ਉਹ ਇਹ ਨਹੀਂ ਦੇਖਦੇ ਵੀ ਇਹਦਾ ਕਿੰਨਾ ਕੁ ਨਾਮ ਹੈ ਜਾਂ ਕੌਣ ਹੈ, ਨਾ ਉਹ ਮੈਟਰ ਹੀ ਨਹੀਂ ਕਰਦਾ, ਉਹ ਦੇਖਦੇ ਨੇ ਕਹਾਣੀ ਹੈ, ਇਹ ਕਰੈਕਟਰ ਨੂੰ ਜਸਟੀਫਾਈ ਕਰ ਰਿਹਾ, ਇਹ ਐਕਟਰ ਉਸ ਕਰੈਕਟਰ ਨੂੰ, ਤਾਂ ਸਾਰੇ ਪਿਆਰ ਦੇ ਰਹੇ ਨੇ, ਤਾਂ ਓ ਟੀ ਟੀ ਨੇ ਇਹ 'ਚ ਬਹੁਤ ਵੱਡਾ ਰੋਲ ਅਦਾ ਕੀਤਾ। ਰਾਈਟਸ ਭਾਈ, ਪਰ ਤੁਸੀਂ ਜਾਣ ਇਹ ਸਮਝਦੇ ਹੋ ਕਿ ਯਾਰ ਨਵਦੀਪ ਕਲੇਰ ਤੋਂ ਸ਼ਾਇਦ ਜਿੰਨਾ ਕੁ ਕੰਮ ਲੈਣਾ ਚਾਹੀਦਾ, ਅਜੇ ਪੰਜਾਬੀ ਇੰਡਸਟਰੀ ਨੇ ਨਹੀਂ ਲਿਆ ਹੈਗਾ। ਮੈਂ ਇੱਕ ਫਿਲਮ ਦੇਖ ਰਿਹਾ ਸੀ, ਕੈਮਰੇ ਤੋਂ ਬਾਅਦ ਉਹਦਾ ਨਾਂ ਵੀ ਲੈ ਲਵਾਂਗਾ ਮੈਂ ਫਿਲਮ ਦਾ, ਹੈ ਨਾ, ਨਹੀਂ ਅਤੇ ਉਹ ਫਿਲਮ ਬਹੁਤ ਕਮਾਲ ਲੱਗ ਰਹੀ ਸੀਗੀ, ਨਵਦੀਪ ਬਾਈ ਤੋਂ ਸ਼ੁਰੂ ਹੁੰਦੀ ਆ ਫਿਲਮ, ਹੈ ਨਾ, ਮੈਂ ਦੇਖੀ ਆ ਯਾਰ ਫਿਲਮ ਦੇ ਵਿੱਚ ਸਵਾਦ ਬਹੁਤ ਆਉਣ ਵਾਲਾ ਅੱਜ, ਹੈ ਨਾ, ਨਵਦੀਪ ਬਾਈ ਦਾ ਫਿਲਮ ਦੇ ਐਂਡ ਤੱਕ ਕੋਈ ਸੀਨ ਹੀ ਨਹੀਂ ਪਾਇਆ ਫਿਰ ਉਹਨਾਂ ਨੇ ਉਸ ਤੋਂ ਬਾਅਦ, ਹੈ ਨਾ, ਅਤੇ ਮੈਨੂੰ ਦਿਲ ਨੂੰ ਚੋਟ ਪਹੁੰਚਦੀ ਆ ਵੀ ਯਾਰ ਸਾਡਾ ਟਰੂ ਆਰਟਿਸਟ ਆ, ਇੰਨਾ ਕਮਾਲ ਦਾ ਆਰਟਿਸਟ ਆ, ਇਹ ਫੀਲ ਕਰਦੇ ਹੋ ਤੁਸੀਂ? ਮੈਂ ਚਾਹੁੰਦਾ ਹੈਗਾ ਦਿਲ ਤੋਂ ਤੁਸੀਂ ਗੱਲ ਕਰੋ ਇਸ ਬਾਰੇ। ਮੈਂ ਫੀਲ ਨਹੀਂ ਕਰਦਾ ਹੈਗਾ, ਕਿਉਂਕਿ ਟਾਈਮ ਹੁੰਦਾ ਹੈਗਾ, ਤੁਸੀਂ ਕਿਸੇ ਚੀਜ਼ ਨੂੰ ਸਮਾਂ ਦੇਣਾ ਹੁੰਦਾ, ਅਤੇ ਸਮਾਂ ਦਿਓਗੇ ਤਾਂ ਸਮਾਂ ਤੁਹਾਨੂੰ ਪੇ ਕਰੂਗਾ। ਸਟਾਰਟਿੰਗ ਹੁੰਦੀ ਹੈ ਜਦੋਂ, ਇਸ ਤਰ੍ਹਾਂ ਹੀ ਹੁੰਦੀ ਹੈਗੀ ਕੋਈ ਵੀ ਕੰਮ ਤੁਸੀਂ ਕਰਦੇ ਹੋ, ਕਿਉਂਕਿ ਅਸੀਂ ਉਵੇਂ ਤਾਂ ਹੈ ਨਹੀਂ ਕਿ ਵੀ ਅਸੀਂ ਸਾਡੇ ਕੋਈ ਗੋਡਫਾਦਰ ਨੇ ਫਿਲਮ ਇੰਡਸਟਰੀ 'ਚ, ਅਸੀਂ ਤਾਂ ਜ਼ੀਰੋ ਤੋਂ ਮਿਹਨਤ ਕਰਕੇ ਇੱਥੇ ਪਹੁੰਚੇ ਹਾਂ, ਤਾਂ ਸਾਨੂੰ ਇਸ ਤਰ੍ਹਾਂ ਦਾ ਵੀ ਨਹੀਂ ਹੈਗਾ ਕੋਈ ਸਿੱਧਾ ਹੀ ਕੋਈ ਇਸ ਤਰ੍ਹਾਂ ਦਾ ਬ੍ਰੇਕ ਵੀ ਲੈਂਡਿੰਗ ਬ੍ਰੇਕ ਮਿਲ ਜੂਗਾ। ਅਸੀਂ ਮਿਹਨਤ ਕੀਤੀ, ਮਿਹਨਤ ਕਰ ਕਰਕੇ ਆਪਦੇ ਕੰਮ ਨੂੰ ਲੋਕਾਂ ਨੂੰ ਦਿਖਾ ਕੇ ਸਾਬਿਤ ਕੀਤਾ ਗਾ, ਦਿਖਾਇਆ, ਸਾਬਿਤ ਤਾਂ ਕੀ ਕਰਨਾ ਹੁੰਦਾ ਵੀ ਅਸੀਂ ਇੱਕ ਚੰਗਾ ਕੰਮ ਕਰ ਸਕਦੇ ਹਾਂਗੇ ਐਜ਼ ਐਨ ਐਕਟਰ, ਤਾਂ ਉਸ ਬਦੌਲਤ ਹੀ ਅੱਗੇ ਕੰਮ ਵੱਧਦਾ ਗਾਂਧੀ 1-2 ਫਿਰ ਗਾਂਧੀ 3 ਹੋਈ, ਜਾਂ ਮੈਂ ਹੋਰ ਫਿਲਮਾਂ ਕੀਤੀਆਂ, ਮੈਂ ਮੇਨ ਲੀਡ ਵੀ ਫਿਲਮਾਂ ਕਰ ਚੁੱਕੇ ਹਾਂ, ਆ ਵੀ ਚੁੱਕੀ, ਅੱਗੇ ਵੀ ਆ ਰਹੀਆਂ ਨੇ, ਤਾਂ ਮੈਨੂੰ ਕੋਈ ਗਿਲਾ ਨਹੀਂ ਇਸ ਚੀਜ਼ ਦਾ ਵੀ, ਕਿਉਂਕਿ ਹੋ ਸਕਦਾ ਉਦੋਂ ਜਦੋਂ ਇੱਕ ਡਾਇਰੈਕਟਰ ਪ੍ਰੋਡਿਊਸਰ ਫਿਲਮ ਬਣਾਉਂਦਾ ਤਾਂ ਤੁਸੀਂ ਤੁਹਾਨੂੰ ਐਜ਼ ਐਨ ਐਕਟਰ ਲੈ ਲੈਂਦਾ, ਤਾਂ ਉਹ ਲੋਕਾਂ ਨੂੰ ਸਿਨੇਮੇ ਤੱਕ ਲਿਆਉਣ ਲਈ ਵੀ ਕੁਛ ਚਿਹਰਿਆਂ ਦੀ ਲੋੜ ਪੈਂਦੀ ਹੈ, ਤਾਂ ਠੀਕ ਹੈ, ਸਾਨੂੰ ਤਾਂ ਉਹੀ ਖੁਸ਼ੀ ਸੀ ਵੀ ਉਹਨਾਂ ਨੇ ਬ੍ਰੇਕ ਦਿੱਤਾ, ਉਹਨੇ ਕੁ ਬ੍ਰੇਕ 'ਚ ਅਸੀਂ ਆਪਦਾ ਬ੍ਰੇਕ ਲੈ ਗਏ, ਸਾਡਾ ਤਾਂ ਕੰਮ ਉਹੀ ਹੈ ਵੀ ਅਸੀਂ ਆਪਦੀ ਇੰਨੀ ਕੁ ਮਿਹਨਤ ਕਰੀਏ ਵੀ ਸਾਨੂੰ ਜੇ ਉਹ ਥੋੜ੍ਹਾ ਵੀ ਸਕਰੀਨ ਟਾਈਮ ਮਿਲਦਾ ਤਾਂ ਅਸੀਂ ਉਹ 'ਚ ਆਪਦਾ ਬੈਸਟ ਕਰੀਏ, ਤਾਂ ਕਿ ਤੁਹਾਨੂੰ ਨੈਕਸਟ ਟਾਈਮ ਆਪਣੇ ਆਪ ਹੀ ਮਿਲ ਜਾਣਾ। ਰਾਈਟ, ਤਾਂ ਮੈਨੂੰ ਨਹੀਂ ਕੋਈ ਗਿਲਾ ਇਸ ਚੀਜ਼ ਦਾ ਵੀ ਮੈਨੂੰ ਥੋੜ੍ਹਾ ਕੰਮ ਮਿਲਿਆ ਸੀ, ਮੇਰਾ ਘੱਟ ਰੋਲ ਸੀ, ਘੱਟ ਤਾਂ ਨਾ ਕਦੇ ਵੀ ਨਹੀਂ ਹੋਇਆ। ਰਾਈਟ ਰਾਈਟ, ਸੋ ਬਾਈ ਮੈਂ ਜਾਣਨਾ ਚਾਹੁੰਦਾ ਤੁਹਾਡੇ ਤੋਂ ਇਹ ਨਾ ਗਾਂਧੀ ਸੀਰੀਜ਼ ਦੀ ਵਧੀਆ ਗੱਲ ਲੱਗਦੀ ਹੈ, ਮੈਨੂੰ ਲੱਗਦਾ ਕਿ ਆਪਾਂ ਨੂੰ ਸਾਰਿਆਂ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਵੀ ਪੰਜਾਬ ਦੇ ਵਿੱਚ ਜਿਵੇਂ ਕਾਮੇਡੀ ਫਿਲਮਾਂ ਬਣਦੀਆਂ ਨੇ, ਐਕਸ਼ਨ ਫਿਲਮ ਸੀਗੀ ਗਾਂਧੀ ਸੀਰੀਜ਼, ਪਰ ਉਹਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਫਨ ਪਾ ਦਿੰਦੇ ਸੀਗੇ ਉਹਦੇ 'ਚ, ਹੈ ਨਾ, ਔਰ ਤੁਹਾਡਾ ਜੋ ਡਾਇਲੋਗ ਆ, ਜਦੋਂ ਤੁਹਾਡਾ ਡਾਇਲੋਗ ਬੋਲਦੇ ਸੀ ਆਡੀਅੰਸ ਜਿਹੜੀ ਬੜੀ ਕੂਕਾ ਮਾਰਦੀ ਸੀ, ਹੈ ਨਾ, ਮੈਂ ਜਾਣਨਾ ਚਾਹੁੰਦਾ ਕਿ ਅਗਰ ਲੱਕੀ ਧਾਲੀ ਵਾਲਾ ਆਪਣੇ ਆਪ ਨੂੰ ਖੁਦ ਨੂੰ ਡਿਸਕ੍ਰਾਈਬ ਕਰੇ ਤਾਂ ਉਹ ਐਜ਼ ਏ ਮਤਲਬ ਕਿਹੜਾ ਜ਼ੋਨਰ ਦੇ ਵਿੱਚ ਡਿਸਕ੍ਰਾਈਬ ਕਰਦੇ ਹੋ ਤੁਸੀਂ, ਕਾਮੇਡੀ ਵਾਲਾ ਜਾਂ ਐਕਸ਼ਨ ਵਾਲਾ, ਕਿਉਂਕਿ ਐਕਸ਼ਨ ਫਿਲਮ ਦੇ ਵਿੱਚ ਤੁਸੀਂ ਸੀਗੇ ਬਟ ਹਸਾ ਵੀ ਰਹੇ ਸੀ ਲੋਕਾਂ ਨੂੰ, ਇਹ ਬਹੁਤ ਵੱਡੇ ਵਿਭਾਗ ਦੀ ਗੱਲ ਆ, ਅਗਰ ਆਪਾਂ ਥੋੜ੍ਹਾ ਇਹਨੂੰ ਥੋੜ੍ਹਾ ਬਰੀਕੀ ਦੇ ਨਾਲ ਦੇਖੀਏ, ਹੈ ਨਾ, ਕਿਵੇਂ ਡਿਸਕ੍ਰਾਈਬ ਕਰਦੇ ਹੋ? ਮੇਰਾ ਇੱਕ ਪਹਿਲੇ ਦਿਨ ਤੋਂ ਹੀ ਇਹ ਹੈ, ਇੱਕ ਤਾਂ ਕਾਮੇਡੀ ਦੇ ਵਿੱਚ, ਇੱਕ ਨੈਗੇਟਿਵ ਦੇ ਵਿੱਚ ਮੈਂ ਜਾਣਾ ਚਾਹੁੰਦਾ ਨਾ, ਪਹਿਲੇ ਦਿਨ ਤੋਂ ਹੀ ਇਹ ਆ, ਅਤੇ ਜਿਵੇਂ ਤੁਸੀਂ ਕਿਹਾ ਇਹ ਗੱਲ ਵੀ ਹਾਸਾ ਠੱਠਾ ਹੋ ਜਾਂਦਾ, ਇਹ ਹੋ ਜਾਂਦਾ, ਜਿਵੇਂ ਐਕਸ਼ਨ ਮੂਵੀ ਸੀ, ਹੈ ਨਾ, ਐਕਸ਼ਨ ਮੂਵੀ ਦੇ ਵਿੱਚ ਥੋੜ੍ਹਾ ਬਹੁਤਾ ਜੇ ਆਪਾਂ ਉਹ ਕਰਦੇ ਹਾਂ, ਆਪਾਂ ਆਪ ਵੀ ਦੇਖ ਲਓ, ਆਪਾਂ ਹੋਸਟਲ ਵਗੈਰਾ ਜਦੋਂ ਪੜ੍ਹਦੇ ਹੁੰਦੇ ਸੀ, ਹੈ ਨਾ, ਵੀ ਸਾਰਾ ਦਿਨ ਸੀਰੀਅਸ ਵੀ ਨਹੀਂ ਰਹਿ ਜਾਂਦਾ, ਉਦੋਂ ਬਾਅਦ ਸ਼ਾਮ ਨੂੰ ਰੋਟੀ ਪਾਣੀ ਖਾਂਦੇ ਹਾਂ, ਇਕੱਠੇ ਹੁੰਦੇ ਹਾਂ, ਇੱਕ ਅੱਧਾ ਮਿੱਤਰ ਬੇਲੀ ਇਹੋ ਜਿਹਾ ਹੁੰਦਾ ਜਿਹੜਾ ਵਿੱਚੋਂ ਚੁਟਕਲੇ ਛੱਡਦਾ ਰਹਿੰਦਾ, ਉੱਦਾਂ ਇਹਦੇ ਵਿੱਚ ਵੀ ਹੋਇਆ। ਮੇਰਾ ਤਾਂ ਇੱਕ ਇਹੀ ਹੈ ਵੀ ਮੈਂ ਇੱਕ ਤਾਂ ਨੈਗੇਟਿਵ ਕਿਰਦਾਰ ਕਰਨਾ ਚਾਹੁੰਦਾ, ਇੱਕ ਕਾਮੇਡੀ, ਇਹ ਦੋਵੇਂ ਮੇਰੇ ਜਾਨਰ ਨੇ ਜੀ। ਹਾਂ, ਸੋ ਸਵਾਦ ਕਿਹਦੇ ਵਿੱਚ ਜ਼ਿਆਦਾ ਆਉਂਦਾ, ਕਾਮੇਡੀ ਦੇ ਵਿੱਚ ਜਾਂ ਅਤੇ ਆਡੀਅੰਸ ਦਾ? ਮੈਂ ਜਾਣਨਾ ਚਾਹੁੰਦਾ ਕਿ ਕਿਹੜਾ ਰਿਸਪੋਂਸ ਜ਼ਿਆਦਾ? ਰਿਸਪੋਂਸ ਦੋਵਾਂ 'ਚ ਹੀ ਵਧੀਆ ਜੀ ਇਹਦਾ, ਅਤੇ ਬਾਕੀ ਜਿਵੇਂ ਤੁਸੀਂ ਕਿਹਾ ਵੀ ਕਿਹੜਾ ਕਰਨਾ ਪਸੰਦ ਕਰਦੇ ਹੋ ਨਾ, ਇਹ ਤਾਂ ਹੁਣ ਆਪਣਾ ਸਟੋਰੀ ਦੇ ਹਿਸਾਬ ਦੇ ਵਿੱਚ ਆ ਨਾ, ਜਿੱਦਾਂ ਹੁਣ ਐਕਸ਼ਨ ਮੂਵੀ ਆ ਤਾਂ ਐਕਸ਼ਨ ਮੂਵੀ ਦੇ ਵਿੱਚ ਜੇ ਮੈਨੂੰ ਨੈਗੇਟਿਵ ਕਰੈਕਟਰ ਕਰਨ ਨੂੰ ਮਿਲੇ ਤਾਂ ਮੈਨੂੰ ਬਹੁਤ ਵਧੀਆ ਲੱਗਦਾ,
ਹਾਂ ਕਾਮੇਡੀ ਮੂਵੀ ਦੇ ਵਿੱਚ ਮੈਨੂੰ ਕਾਮੇਡੀ ਕਰਨ ਨੂੰ ਮਿਲੇ ਤਾਂ ਹੋਰ ਵਧੀਆ ਗੱਲ ਆ, ਇੱਦਾਂ ਇੱਦਾਂ ਸਟੋਰੀ ਦੇ ਹਿਸਾਬ ਦੇ ਵਿੱਚ ਆਪਣਾ ਕਰੈਕਟਰ ਕਰਨਾ ਚਾਹੁੰਦਾ। ਰਾਈਟ, ਸੋ ਕਰਮਜੀਤ ਬਾਈ ਮਤਲਬ ਤੁਹਾਡੇ ਕੋਲ ਤਾਂ ਨਹੀਂ ਨਾ ਆਪਸ਼ਨ ਹੈਗਾ ਕਾਮੇਡੀ ਵਾਲਾ, ਤੁਸੀਂ ਤੁਹਾਡਾ ਤਾਂ ਦੇਖ ਕੇ ਹੀ ਲੱਗਦਾ ਵੀ ਯਾਰ ਇਹ ਪੱਕਾ ਹੀਰੋਇਨ ਨੂੰ ਚੱਕ ਕੇ ਲੈ ਕੇ ਆਊਗਾ ਤੇ ਇਹ ਮਤਲਬ ਚਲੋ ਤੁਹਾਡੀ ਗੱਲ ਦਾ ਜਵਾਬ ਦਿੰਦੇ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਐਕਟਰ ਦਾ ਕੋਈ ਜੋਨਰ ਨਹੀਂ ਹੁੰਦਾ, ਡਿਪੈਂਡ ਕਰਦਾ ਕਿ ਇੱਕ ਆਡੀਅੰਸ ਉਹਨੂੰ ਅਕਸੈਪਟ ਕਿਵੇਂ ਕਰਦੀ ਹੈ। ਸੈਕਿੰਡਲੀ ਜਿਹੜੇ ਡਾਇਰੈਕਟਰ ਉਹਨੂੰ ਕੰਮ ਦੇ ਰਹੇ ਆ ਉਹ ਉਹਨੂੰ ਕਿਸ ਤਰੀਕੇ ਨਾਲ ਦੇਖ ਰਹੇ। ਇਹਦੀ ਹੁਣ ਅਗਲੀ ਗੱਲ ਹੈ ਵੀ 30 ਅਗਸਤ ਨੂੰ ਤਾਂ ਗਾਂਧੀ 3 ਆ ਰਹੀ ਹੈ, 20 ਸਪਟੈਂਬਰ ਨੂੰ ਮੇਰੀ ਸੁੱਚਾ ਸੂਰਮਾ ਆ ਰਹੀ ਹੈ। ਅਰੇ ਕੀ ਬਾਤ, ਸੋ ਉਹਦੇ ਵਿੱਚ ਮੇਰਾ ਕੋਮੇਡੀ ਹੈ। ਕੀ ਬਾਤ ਹੈ, ਸੋ ਉਹਦਾ ਜਵਾਬ ਸ਼ਾਇਦ ਤੁਹਾਨੂੰ ਉੱਥੇ ਮਿਲ ਜੂਗਾ। ਮੈਂ ਬੈਟਰ ਕੀਤਾ, ਕਿਵੇਂ ਕੀਤਾ, ਅੱਛਾ ਕੀਤਾ, ਬਹੁਤ ਅੱਛਾ ਕੀਤਾ, ਇਹ ਆਡੀਅੰਸ ਹੀ ਦੱਸੂਗੀ ਜਾਂ ਤੁਸੀਂ ਲੋਕ ਦੱਸੋਗੇ ਆਪਦੇ ਜੀ। ਪਰ ਬਾਈ ਮੈਨੂੰ ਇਹ ਗੱਲ ਦੱਸੋ ਵੀ ਇਹ ਕਿਤਨਾ ਕਿਤੇ ਸਾਰੇ ਲਈ ਗੱਲ ਆ ਇਹ, ਵੀ ਖੁਸ਼ੀ ਮਿਲਦੀ ਹੈ ਯਾਰ। ਪਹਿਲਾਂ ਆਪਣੇ ਟਾਈਟਲ ਹੁੰਦੇ ਸੀਗੇ ਕੋਮੇਡੀ ਵਾਲੇ, ਆਪਾਂ ਨੈਗੇਟਿਵ ਉਹਨਾਂ ਨੂੰ ਵੀ ਨਹੀਂ ਕਹਿੰਦੇ ਕਿਉਂਕਿ ਆਪਾਂ ਕਿਤਨਾ ਕਿਤੇ ਸਟੈਂਡ ਉਹਦਾ ਫਿਲਮਾਂ ਕਰਕੇ ਹੀ ਕਰਦੇ ਹਾਂ। ਬਟ ਹੁਣ ਸਵਾਦ ਆ ਰਿਹਾ ਵੀ ਹੁਣ ਯਾਰ ਫਿਲਮਾਂ ਦੇ ਨਾਂ ਦੇਖੋ, ਸੁੱਚਾ ਸੂਰਮਾ, ਗਾਂਧੀ 3, ਹੁਣ ਸ਼ਾਹਕੋਟ ਆਉਣੀ ਆ ਅੱਗੇ, ਹੈ ਨਾ, ਹੁਣ ਕੁਛ ਸੁਧਰ ਰਿਹਾ ਆ ਸਿਨੇਮੇ ਦੇ ਵਿੱਚ। ਇਹ ਚੇਂਜ ਬਹੁਤ ਵਧੀਆ ਚੇਂਜ ਹੈ। ਹਾਂ, ਔਰ ਇਹਦੇ ਨਾਲ ਇਹ ਹੈ ਕਿ ਠੀਕ ਹੈ ਕਈ ਗਲਤੀਆਂ ਕਰ ਕਰਕੇ ਸਿੱਖਦਾ ਪਿੱਛੇ ਜੇ ਆਪਣਾ ਆਪਾਂ ਪੰਜਾਬੀ ਇੰਡਸਟਰੀ ਨੇ ਗਲਤੀਆਂ ਵੀ ਕੀਤੀਆਂ। ਬਟ ਇੱਕ ਗੱਲ ਹੈ ਕਿ ਇੱਕ ਜਦੋਂ ਆਲ ਦਾ ਟਾਈਮ ਜਦੋਂ ਰੈਪੀਟੇਟਿਵ ਚਿਹਰੇ ਹੋ ਜਾਂਦੇ ਆ ਤਾਂ ਆਡੀਅੰਸ ਵੀ ਅੱਕ ਜਾਂਦੀ ਹੈ ਯਾਰ, ਵੀ ਸੇਮ ਚੀਜ਼ ਨਹੀਂ, ਥੋੜ੍ਹੀ ਰਿਫਰੈਸ਼ਮੈਂਟ ਚਾਹੀਦੀ ਹੈ। ਸੋ ਉਹ ਆ ਰਹੀ ਹੈ ਹੁਣ ਹੌਲੀ ਹੌਲੀ। ਸੈਕਿੰਡਲੀ ਗੱਲ ਇਹ ਹੈ ਕਿ ਓ ਟੀ ਟੀ ਹੈ ਉਸ 'ਤੇ ਵੀ ਜਾ ਰਹੇ ਹੈ, ਮਤਲਬ ਜੋ ਵੀ ਆਪਣੀਆਂ ਫਿਲਮਾਂ ਹੈ ਉਸ ਤੋਂ ਬਾਅਦ ਓ ਟੀ ਟੀ 'ਤੇ ਜਾ ਰਹੀਆਂ, ਸੋ ਉੱਥੇ ਵਰਲਡ ਸਿਨੇਮਾ ਦੇਖਣ ਨੂੰ ਮਿਲਦਾ, ਠੀਕ ਹੈ। ਸੋ ਲੋਕ ਜਿਹੜੇ ਹੈਗੇ ਉਹ ਕੰਪੇਅਰ ਕਰਦੇ ਆ, ਦੇ ਵਾਂਟ ਸਮਥਿੰਗ ਯੂ ਨੋ ਡਿਫਰੈਂਟ ਇਨ ਅ ਵੈਰੀ ਡਿਫਰੈਂਟ ਵੇ ਆਰ ਕਮਰਸ਼ਲਾਈਜ਼ ਸਿਨੇਮਾ ਇਨ ਸਿਨੇਮਾ। ਹਾਂ, ਬਟ ਮੈਂ ਦਿਲ ਦੀ ਗੱਲ ਦੱਸਾਂ ਵੀ ਅੱਜ ਮੈਂ ਜਦੋਂ ਇੰਟਰਵਿਊ ਕਰਨ ਲਿਆ ਮੈਂ ਬਹੁਤ ਖੁਸ਼ ਹੋ ਕੇ ਆਇਆ ਕਿ ਯਾਰ ਚਲੋ ਕੁਛ ਅੱਜ ਫਰੈਸ਼ ਚੀਜ਼ ਹੋਊਗੀ, ਕਿਉਂਕਿ ਆਪਾਂ ਲੱਗਦਾ ਕਿ ਆਪਾਂ ਬਹੁਤ ਟਾਈਮ ਬਾਅਦ ਇੰਟਰਵਿਊ ਕਰ ਰਹੇ ਹਾਂ ਨਾ ਭਾਅ ਜੀ, ਔਰ ਆਪਾਂ ਵੀ ਮਤਲਬ ਬਹੁਤ ਟਾਈਮ ਪਹਿਲਾਂ ਇੰਟਰਵਿਊ ਕੀਤੀ ਸੀਗੀ ਅਦਿਤੀ ਨਾਲ ਵੀ, ਹੈ ਨਾ, ਅਤੇ ਮੈਂ ਬਹੁਤ ਖੁਸ਼ ਹਾਂ ਮਤਲਬ ਹੈ ਨਾ ਕਿ ਤੁਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਗਾਂਧੀ 3 ਦੀ। ਅਤੇ ਅਦਿਤੀ ਮੈਂ ਤੁਹਾਡੇ ਕੋਲ ਜਾਣਨਾ ਚਾਹਾਂ ਕਿ ਥੋੜ੍ਹਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਦੇਵ ਬਾਈ ਨਾਲ, ਹੈ ਨਾ, ਫਿਲਮ ਦਾ। ਯਾਰ ਮੇਰਾ ਬਹੁਤ ਹੀ ਚੰਗਾ ਐਕਸਪੀਰੀਅੰਸ ਰਿਹਾ, ਬਹੁਤ ਕੁਝ ਸਿੱਖਣ ਨੂੰ ਮਿਲਿਆ, ਇੰਨੇ ਉਮਦਾ ਅਤੇ ਇੰਨੇ ਬਾਕਮਾਲ ਕਲਾਕਾਰ ਨੇ ਇਹ ਸਾਰੇ, ਅਤੇ ਨੋਟ ਜਸਟ ਦੇਵ ਸਰ ਬਟ ਇਹ ਸਾਰੇ ਵੀ ਬਹੁਤ ਬਹੁਤ ਹੀ ਵਧੀਆ ਆਰਟਿਸਟ ਨੇ। ਅਤੇ ਹੋਰ ਇੰਟਰਵਿਊਜ਼ 'ਚ ਵੀ ਕਹਿ ਚੁੱਕੀ ਹਾਂ ਕਿ ਕੋਈ ਵਰਡਸ ਹੀ ਨਹੀਂ ਹੈਗੇ ਮੇਰੇ ਕੋਲ। ਰਾਈਟ, ਸੋ ਨਵਦੀਪ ਬਾਈ ਮੈਂ ਜਾਣਨਾ ਚਾਹੁੰਦਾ ਹਾਂ ਕਿ ਜਿਵੇਂ ਅਦਿਤੀ ਨਾਲ ਆ, ਹੈ ਨਾ, ਕਿਤੇ ਕੋਈ ਔਡਰ ਕਰਨਾ ਹੋਵੇ ਤਾਂ ਫਿਰ ਇਹਨੂੰ ਅੱਗੇ ਕਰ ਦਿੰਦੇ ਹਾਂ ਨਾ ਆਪਾਂ, ਮਤਲਬ ਇਹ ਸਾਡੇ ਹੁੰਦਾ ਨਾ ਸਰਕਲ ਦੇ ਵਿੱਚ ਕੋਈ ਕੁੜੀ ਆ ਤਾਂ ਉਹਨੂੰ ਕਹਿ ਦਿੰਦੇ ਹਾਂ ਵੀ ਯਾਰ ਤੂੰ ਔਡਰ ਕਰ ਦੇ, ਕਿਉਂਕਿ ਆਪਣਾ ਤਾਂ ਸਿੰਪਲ ਜਿਹਾ ਸੌਦਾ ਬਤਾਇਆ ਨਾ ਵੀ ਯਾਰ ਚਲੋ ਫਰਾਈ ਚਿਕਨ ਕਰ ਦਿਉ ਜਾਂ ਤੰਦੂਰੀ ਚਿਕਨ ਕਰ ਦਿਉ, ਪਰ ਕੁੜੀਆਂ ਨੂੰ ਬਹੁਤ ਮੈਨਿਊ ਬਾਰੇ ਪਤਾ ਹੁੰਦਾ ਆ, ਹੈ ਨਾ, ਤੁਸੀਂ ਐਕਸਪੀਰੀਅੰਸ ਲਿਆ ਕੋਈ ਫਿਲਮ ਦੇ ਵਿੱਚ ਜਾਂ ਪ੍ਰਮੋਸ਼ਨ ਦੌਰਾਨ ਦੀ? ਨਹੀਂ, ਪ੍ਰਮੋਸ਼ਨ ਦੌਰਾਨ ਤਾਂ ਲਿਆ ਹੁਣੀ ਰੀਸੈਂਟਲੀ, ਤੁਸੀਂ ਕਿਹਾ ਸੀ ਮੈਂ ਕਮਰੇ 'ਚ ਐਂ ਖਲਾਰਾ ਪਾਇਆ ਸੀ, ਉਹ ਇਹਨਾਂ ਦੀ ਬਦੌਲਤੀ ਪਿਆ, ਸਾਨੂੰ ਤਾਂ ਭੁੱਖ ਲੱਗੀ ਸੀ, ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਖਾਣਾ ਕੀ ਹੈ, ਇੰਨਾ ਕੁ ਪਤਾ ਹੁੰਦਾ ਮੈਂ ਵੈੱਜ ਖਾਣਾ, ਉਹਨੇ ਨੋਨ ਵੈੱਜ ਖਾਣਾ, ਬਾਕੀ ਕਲੈਕਸ਼ਨ ਜੋ ਵੀ ਸਿਲੈਕਸ਼ਨ ਹੈ ਉਹ ਅਦਿਤੀ ਨੇ ਕੀਤੀ। ਇਹਨੂੰ ਮੈਨੂੰ ਲੱਗਦਾ ਵੀ ਹਰ ਬੰਦੇ ਦੀ ਇੱਕ ਕੁਆਲਿਟੀ ਹੁੰਦੀ ਹੈ, ਅਤੇ ਪਰਮਾਤਮਾ ਦੀ ਬਖਸ਼ ਹੈ ਕੁੜੀਆਂ ਨੂੰ, ਇਹ ਬਹੁਤ ਵੱਡੀ ਦੇਣ ਹੈ ਵੀ ਉਹ ਇੰਨੀ ਬਰੀਕੀ ਨਾਲ ਛੋਟੀਆਂ ਛੋਟੀਆਂ ਚੀਜ਼ਾਂ ਦੇਖ ਲੈਂਦੀਆਂ ਨੇ, ਸਮਝ ਲੈਂਦੀਆਂ ਨੇ, ਅਤੇ ਉਹ ਖੂਬਸੂਰਤੀ ਵੀ ਹੈ ਇਸ ਚੀਜ਼ ਦੀ, ਤਾਂ ਬੰਦਿਆਂ ਨੂੰ ਮੈਨੂੰ ਲੱਗਦਾ ਨਹੀਂ ਹੈਗਾ ਇੰਨੀ ਸਮਝ ਹੁੰਦੀ ਹੈ ਚੀਜ਼ਾਂ ਦੀ, ਕੁਛ ਕੁ ਨੂੰ ਹੁੰਦੀ ਵੀ ਹੈ ਪਰ ਸਾਨੂੰ ਤਾਂ ਨਹੀਂ ਹੈਗੀ ਇੰਨੀ, ਇਹ ਅਦਿਤੀ ਨੂੰ ਜਾਂਦਾ ਸਾਰਾ ਕ੍ਰੈਡਿਟ। ਅਦਿਤੀ ਦੱਸੋ ਅੱਜ ਕੁੜੀਆਂ ਕਿਵੇਂ ਕਰ ਲੈਂਦੀਆਂ ਨੇ ਚੀਜ਼ਾਂ, ਜਿਵੇਂ ਹੁਣ ਅਸੀਂ ਸਮੋਸੇ ਖਾਣੇ ਹੋਣ, ਹੈ ਨਾ, ਸਾਨੂੰ ਤਾਂ ਇੱਕੋ ਹੀ ਸਮੋਸੇ ਦੇ ਬਾਰੇ ਪਤਾ ਹੈ ਆਲੂ ਵਾਲੇ, ਇਹਨਾਂ ਨੂੰ ਬਹੁਤ ਜ਼ਿਆਦਾ ਸਮੋਸਿਆਂ ਬਾਰੇ ਪਤਾ ਹੁੰਦਾ ਹੈ, ਅਦਿਤੀ ਕਿਵੇਂ ਹੁੰਦਾ ਹੈ ਇਹ? ਯਾਰ ਇਹ ਤਾਂ ਕੁਦਰਤ ਵੱਲੋਂ ਦੇਣ ਆ ਕਿ ਆਪਣਾ ਦਿਮਾਗ ਬਹੁਤ ਤੇਜ਼ ਹੈ, ਮੁੰਡਿਆਂ ਬਾਰੇ ਕੁਛ ਨਹੀਂ ਕਹੂੰਗੀ, ਖਾਣ ਪੀਣ ਦੀ ਚੀਜ਼ਾਂ ਬਾਰੇ
ਯਾਰ ਪਤਾ ਹੀ ਹੁੰਦਾ ਯਾਰ, ਆਪਾਂ ਬਣਾਉਂਦੇ ਹਾਂ ਵਿਚਾਰੀਆਂ, ਕਿਚਨ 'ਚ ਰਹਿੰਦੀਆਂ ਸੀਗੀਆਂ ਪਹਿਲਾਂ ਤਾਂ ਸਭ ਕੁਛ ਪਤਾ ਚੱਲ ਹੀ ਜਾਂਦਾ ਟਾਈਮ ਸਿਰ ਆਪਣੇ ਆਪ 'ਤੇ। ਹਾਂਜੀ ਇਹ ਵੀ ਹੁੰਦੀ ਇੱਕ ਚੁੱਲ ਵੀ ਮੱਚੀ ਹੁੰਦੀ ਕਿ ਇੱਕ ਨਵੀਂ ਚੀਜ਼ ਟਰਾਈ ਕਰੀਏ, ਕੀ ਆ ਗਿਆ ਕੀ ਖਾਈਏ। ਜੀ ਤੁਸੀਂ ਕੀ ਕਿਹਾ ਹੁਣੇ ਕਿ ਚੁੱਲ? ਹਾਂ ਚੁੱਲ ਦਾ ਮਤਲਬ ਕੀ ਹੁੰਦਾ ਲੱਕੀ ਭਾਈ? ਚੁੱਲ ਦਾ ਮਤਲਬ ਕੀ ਹੁੰਦਾ? ਮਾਤੜ ਬੰਦੇ ਹੁੰਦੇ ਆਪਣੇ ਸ਼ਬਦ ਜਿਦਾਂ ਹੁੰਦਾ, ਜਦੋਂ ਇੱਕ ਛੋਟੇ ਨੂੰ ਤਵਾ ਕਹਿ ਦਿੰਦੇ ਆ, ਵੱਡੇ ਤਵੇ ਨੂੰ ਤਵੀ ਕਹਿ ਦਿੰਦੇ ਆ, ਹਨਾ ਜਿਹੜਾ ਛੋਟਾ ਹੁੰਦਾ ਉਹਨੂੰ ਚੁੱਲਾ ਕਹਿ ਦਿੰਦੇ, ਜਿਹੜਾ ਵੱਡਾ ਹੁੰਦਾ ਉਹਨੂੰ ਚੁੱਲ ਕਹਿ ਦਿੰਦੇ ਆ। ਸਾਡੇ ਲਈ ਤਾਂ ਆਹੀ ਚੁੱਲਾ ਹੈ, ਹੁਣ ਇੱਧਰ ਪਤਾ ਨੀ ਕਿਹੜੀ ਚੁੱਲਾ। ਜੀ 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 ਮੈਂ ਜਾਣਨਾ ਚਾਹੁੰਦਾ ਕਿ ਤੁਹਾਡਾ ਕਿਸ ਤਰ੍ਹਾਂ ਦਾ ਕਿਰਦਾਰ ਆ ਇਸ ਫਿਲਮ ਦੇ ਵਿੱਚ, ਹੈ ਨਾ, ਔਰ ਜਦੋਂ ਗਾਂਧੀ 3 ਰਿਲੀਜ਼ ਹੋਊਗੀ ਉਸ ਤੋਂ ਬਾਅਦ ਕਿਵੇਂ ਪਛਾਣਨਗੇ ਤੁਹਾਨੂੰ ਆਡੀਅੰਸ? ਮੈਂ ਬਹੁਤਾ ਤੇ ਆਪਣੇ ਕਰੈਕਟਰ ਬਾਰੇ ਡਿਸਕ੍ਰਾਈਬ ਨਹੀਂ ਕਰ ਸਕਦੀ, ਪਰ ਮੈਂ ਇਹੀ ਕਹੂੰਗੀ ਕਿ ਜਿਹੋ ਜੀ ਮੈਂ ਆਪਣੀ ਅਸਲ ਤੇ ਨਿੱਜੀ ਜ਼ਿੰਦਗੀ ਦੇ ਵਿੱਚ ਹੈਗੀ ਆ, ਉਹੀ ਜਿਹਾ ਬਿਲਕੁਲ ਵੀ ਕਰੈਕਟਰ ਨਹੀਂ ਹੈਗਾ। ਤੇ ਬਹੁਤ ਮਿਹਨਤ ਕਰਨੀ ਪਈ ਉਸ ਕਰੈਕਟਰ ਦੇ ਵਿੱਚ, ਬਹੁਤ ਤਰੀਕੇ ਨਾਲ ਆਉਣਾ ਪਿਆ ਤੇ ਬਹੁਤ ਕੁਝ ਸਿੱਖਣਾ ਪਿਆ, ਤੇ ਇਟ ਵਾਸ ਪ੍ਰੀਟੀ ਚੈਲੰਜਿੰਗ, ਬਹੁਤ ਹਾਰਡ ਸੀ, ਬਹੁਤ ਜ਼ਿਆਦਾ ਹਾਰਡ ਸੀਗਾ। ਉਸੇ ਖਾਣੇ ਪਏ, ਹਾਂ ਖਾਣਾ ਪੀਣਾ ਵੀ ਬਹੁਤ ਪਿਆ। ਇਹ ਨਾ ਆਉਣ ਵਾਲੇ ਟਾਈਮ ਦੇ ਵਿੱਚ ਵਨ ਆਫ ਦਾ ਪ੍ਰੋਮਿਸਿੰਗ ਐਕਟਰਸ ਹੈ। ਅੱਛਾ ਜੀ, ਕੀ ਬਾਤ ਹੈ, ਡੈਫੀਨਿਟਲੀ ਬਹੁਤ ਮਿਹਨਤੀ ਕੁੜੀ ਹੈ ਇਹ। ਥੈਂਕ ਯੂ, ਕੀ ਬਾਤ ਹੈ, ਕੀ ਬਾਤ ਹੈ। ਵੈਸੇ ਵੀ ਅਦਿੱਤੀ ਸੋਹਣਾ ਸੋਹਣਾ ਦਾ ਖਾਸਾ ਪੀਏ, ਪੰਜਾਬ ਦੀ ਬੱਤੀ ਜਾ ਰਹੀ ਹੈ ਸਾਡੀ ਬਲਾ। ਜੀ ਨਵਦੀਪ ਭਾਈ, ਮੈਂ ਮਤਲਬ ਜਾਣਨਾ ਚਾਹੁੰਦਾ ਕਿ ਹੋਰ ਜਿਵੇਂ ਹੁਣ ਫਿਲਮਾਂ ਐਕਸ਼ਨ ਦੇ, ਜਿਵੇਂ ਤੁਹਾਡਾ ਗਾਂਧੀ ਕੀਤੀ, ਗਾਂਧੀ 2 ਕੀਤੀ, ਸੋ ਉਹਦੇ ਨਾਲ ਕੀ ਹੈ ਕਿ ਸਟੰਪ ਲੱਗ ਜਾਂਦੇ, ਹੈ ਨਾ। ਮੈਂ ਜਾਣਨਾ ਚਾਹੁੰਦਾ ਕਿ ਤੁਹਾਨੂੰ ਕੋਲ ਔਫਰ ਕਿਵੇਂ ਦੀਆਂ ਫਿਲਮਾਂ ਹੁੰਦੀਆਂ ਨੇ ਜ਼ਿਆਦਾਤਰ, ਮੈਂ ਜਾਣਨਾ ਚਾਹੁੰਦਾ। ਮੈਨੂੰ ਹਰ ਤਰ੍ਹਾਂ ਦੀ ਫਿਲਮਾਂ ਔਫਰ ਹੁੰਦੀਆਂ ਨੇ, ਮੈਂ ਤਾਂ ਆਪਦੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ, ਕਿਉਂਕਿ ਮੈਂ ਪਿਛਲੀ, ਤੁਸੀਂ ਮੇਰੀ ਜਰਨੀ ਦੇਖੋ, ਜਿੰਨੀਆਂ ਮੈਂ ਫਿਲਮਾਂ ਕੀਤੀਆਂ ਨੇ ਗਾਂਧੀ ਤੋਂ ਬਾਅਦ, ਤਾਂ ਸਾਰੇ ਕਰੈਕਟਰ ਡਿਫਰੈਂਟ ਸੀ। ਸਰਦਾਰ ਮੰਮਾ 'ਚ ਮੈਂ ਇੱਕ ਪਾਕਿਸਤਾਨੀ ਪੱਤਰਕਾਰ ਦਾ ਰੋਲ ਕੀਤਾ, ਸਿਕੰਦਰ 2 ਦੇ ਵਿੱਚ ਮੈਂ ਇੱਕ ਅਲੱਗ ਤਰ੍ਹਾਂ ਦਾ ਕਰੈਕਟਰ ਕੀਤਾ, ਅਤੇ ਫਿਰ ਖਿਡਾਰੀ ਫਿਲਮ ਆਈ ਉਹਦੇ 'ਚ ਡਿਫਰੈਂਟ ਸੀ। ਹੁਣ ਇੱਕ ਹੋਰ ਫਿਲਮ ਕਰ ਰਿਹਾ ਮੈਂ ਮਾਨ ਬਾਈ ਦੀ, ਉਹਦੇ ਉਹ ਜਮੀ ਮੈਂ ਜਿੰਨੇ ਵੀ ਹੁਣ ਕੰਮ ਕੀਤੇ ਨੇ, ਚਲੋ ਮੈਨੂੰ ਲੱਗਦਾ ਹਰ ਆਰਟਿਸਟ ਇਹ ਗੱਲ ਕਰਦਾ ਹੁੰਦਾ ਵੀ ਮੇਰਾ ਡਿਫਰੈਂਟ ਹੈ, ਪਰ ਐਜ਼ ਐਨ ਆਰਟਿਸਟ ਆਪ ਨੂੰ ਪਤਾ ਹੁੰਦਾ ਵੀ ਕਿੰਨਾ ਕੁ ਡਿਫਰੈਂਟ ਹੈ ਕਿ ਨਹੀਂ ਹੈ। ਤਾਂ ਮੈਨੂੰ ਮਿਲੇ ਨੇ ਅਲੱਗ ਅਲੱਗ ਤਰ੍ਹਾਂ ਦੇ ਕਰੈਕਟਰ, ਤਾਂ ਮੈਂ ਤਾਂ ਬਹੁਤ ਜ਼ਿਆਦਾ ਲੱਕੀ ਹੈਗਾ ਆਪਦੇ ਆਪ ਨੂੰ ਸਮਝਦਾ। ਬਾਈ ਮੈਂ ਇਹ ਚੀਜ਼ ਨੋਟਿਸ ਕੀਤੀ ਹੈ, ਤੁਸੀਂ ਕੰਮ ਬਹੁਤ ਥੋੜ੍ਹਾ ਕਰਦੇ ਹੋ ਪਰ ਬਹੁਤ ਕੁਆਲਿਟੀ ਵਾਲਾ ਕਰਦੇ ਹੋ, ਹੈ ਨਾ। ਇਹ ਕਿਵੇਂ ਆਏ, ਪਛਾਣ ਕਿਵੇਂ ਕਰਨੀ ਹੁੰਦੀ ਹੈ ਇੱਕ ਐਕਟਰ ਨੂੰ, ਮੈਂ ਜਾਣਨਾ ਚਾਹੁੰਦਾ ਹਾਂ, ਕਿਉਂਕਿ ਬਹੁਤ ਸਾਰੇ ਸਾਡੇ ਐਕਟਰ ਨੇ ਉਹ ਵੀ ਕਰੀ ਜਾਂਦੇ ਆ ਜੋ ਨਹੀਂ ਕਰਨ ਵਾਲਾ, ਹੈ ਨਾ। ਇਹ ਕਿਵੇਂ ਪਛਾਣ ਕਰਦੇ ਹੋ ਤੁਸੀਂ? ਮੈਂ ਤਾਂ ਪਹਿਲਾਂ ਵੀ ਕਿਹਾ ਮੈਂ ਲੱਕੀ ਹਾਂ, ਮੇਰੇ ਕੋਲ ਕੰਮ ਉੱਦਾਂ ਦਾ ਆਉਂਦਾ, ਪਰ ਕੁਛ ਕੰਮ ਜਿਹੜੇ ਨਹੀਂ ਕਰ, ਮਤਲਬ ਹੁੰਦਾ ਵੀ ਚਲੋ ਯਾਰ ਵੀ ਮੈਂ ਆ ਇਸ ਤਰ੍ਹਾਂ ਦਾ ਕੰਮ ਕਰ ਲਿਆ, ਕੰਮ ਕੋਈ ਵੀ ਮਾੜਾ ਨਹੀਂ ਹੁੰਦਾ, ਕੰਮ ਸਾਰੇ ਵਧੀਆ ਹੁੰਦੇ ਨੇ, ਉਹ ਠੀਕ ਹੈ, ਤੁਹਾਡੀ ਇੱਕ ਚੋਇਸ ਹੋ ਜਾਂਦੀ ਹੈ ਜਦੋਂ ਤੁਸੀਂ ਥੋੜ੍ਹਾ ਬਹੁਤਾ ਕੰਮ ਕਰ ਲੈਂਦੇ ਹੋ। ਵੀ ਮੰਨ ਲਓ ਹੁਣ ਮੈਂ ਰਾਜੂ ਦਾ ਕਰੈਕਟਰ ਕੀਤਾ ਗਾਂਧੀ 1, 2, 3 'ਚ ਕਰ ਲਿਆ, ਇਹਦੇ ਨਾਲ ਦੇ ਹੀ ਜੇ ਮੈਂ ਹੁਣ ਅਗਲੀਆਂ ਫਿਲਮਾਂ 'ਚ ਵੀ ਕਰੀ ਜਾਵਾਂ, ਮੈਨੂੰ ਲੱਗਦਾ ਮੈਨੂੰ ਐਜ਼ ਐਨ ਐਕਟਰ ਮੈਂ ਉਹ 'ਚ ਕੁਛ ਕੀ ਗਰੋ ਕਰੂੰਗਾ, ਉਹ ਮੈਂ ਕਰ ਚੁੱਕਿਆ ਗਾ ਜਿੰਨਾ ਕੁ ਉਹਦਾ ਇਨਪੁੱਟ ਦੇ ਸਕਦਾ ਸੀ ਇਸ ਪਾਤਰ ਲਈ। ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਅਗਲਾ ਕਰੈਕਟਰ ਜਿਹੜਾ ਆਵੇ ਮੇਰਾ ਡਿਫਰੈਂਟ ਹੋਵੇ ਕੁਛ, ਜੇ ਉੱਦਾਂ ਦਾ ਵੀ ਹੈ ਤਾਂ ਉਹ ਕਿਵੇਂ ਕਹਾਣੀ 'ਚ ਪੋਰਟਰੇਟ ਹੋ ਰਿਹਾ ਗਾ, ਤਾਂ ਮੈਂ ਉਹ ਚੂਜ਼ ਕਰਦਾ। ਤਾਂ ਦੋਸਤਾਂ ਮਿੱਤਰਾਂ ਦੀ ਵੀ ਸਲਾਹ ਹੁੰਦੀ ਹੈ, ਆਪਦਾ ਵੀ ਹੁੰਦਾ ਗਾ ਇੱਕ ਵਿਜ਼ਨ ਵੀ ਮੈਂ ਇੱਧਰ ਇਸ ਟਰੈਕ 'ਤੇ ਜਾਣਾ, ਉਹ ਤਾਂ ਬਾਕੀ ਪਰਮਾਤਮਾ ਦੀ ਦੇਣ ਹੁੰਦੀ ਹੈ ਵੀ ਕੁਦਰਤੀ ਚੀਜ਼ਾਂ ਸਹੀ ਬਹਿ ਜਾਂਦੀਆਂ ਨੇ। ਰਾਈਟ ਰਾਈਟ, ਮੈਂ ਨਾ ਜਿਹੜੀ ਗੱਲ ਪੁੱਛਣੀ ਚਾਹੁੰਦਾ, ਤੁਸੀਂ ਸਾਰਿਆਂ ਨੇ ਇਹਦਾ ਜਵਾਬ ਦੇਣਾ ਆ, ਜਦੋਂ ਆਪਾਂ ਕਿਸੇ ਹਿੱਟ ਫਿਲਮ ਦੇ ਨਾਲ ਜੁੜਦੇ ਹਾਂ, ਜਦੋਂ ਉਹ ਹਿੱਟ ਹੋ ਜਾਂਦੀ ਆ, ਫਿਰ ਉਹ ਤੋਂ ਬਾਅਦ ਜਦੋਂ ਅਸੀਂ ਫੈਮਿਲੀ ਨਾਲ ਵੀ ਖਾਣ ਪੀਣ ਜਾਈਏ ਰੈਸਟੋਰੈਂਟ 'ਚ, ਉਦੋਂ ਜਿਹੜੀ ਆਡੀਅੰਸ ਹੁੰਦੀ ਆ ਉਹ ਫੋਟੋ ਖਿਚਾਉਂਦੀ ਆ, ਮਿਲਣ ਦਾ ਤਰੀਕਾ ਹੋਰ ਹੁੰਦਾ ਆ। ਫਿਰ ਜਦੋਂ ਆਪਾਂ ਕਿਸੇ ਇੱਦਾਂ ਦੀ ਟੀਮ ਨਾਲ ਜੁੜ ਪਾਉਂਦੇ, ਜੁੜ ਜਾਂਦੇ ਹਾਂ ਵੀ ਜਦੋਂ ਉਹ ਫਿਲਮ ਨਹੀਂ ਚੱਲਦੀ, ਮਿਹਨਤ ਵੀ ਲੱਗੀ ਹੁੰਦੀ ਆ, ਵਕਤ ਵੀ ਲੱਗਿਆ ਹੁੰਦਾ ਆਪਣਾ, ਮੈਂ ਇਹ ਜਾਣਨਾ ਚਾਹੁੰਦਾ ਕਿ ਇੱਕ
ਕਰੈਕਟਰ ਵਾਲਾ ਜਿਹੜਾ ਆਰਟਿਸਟ ਆ ਉਹਦਾ ਹਿੱਟ ਫਿਲਮ ਨਾਲ ਜੁੜਨ ਨਾਲ ਅਤੇ ਅਨਫੋਰਚੁਨੇਟਲੀ ਕੋਈ ਫਿਲਮ ਫਲੋਪ ਹੋ ਗਈ, ਉਹਦਾ ਇੱਕ ਆਰਟਿਸਟ ਕਰੈਕਟਰ ਜਿਹੜਾ ਆਰਟਿਸਟ ਹੁੰਦਾ ਉਹਦੇ ਕੀ ਫਰਕ ਪੈਂਦਾ ਨਿੱਜੀ ਜ਼ਿੰਦਗੀ 'ਤੇ, ਮੈਂ ਜਾਣਨਾ ਚਾਹੁੰਦਾ ਲੱਗੀ ਬਾਈ ਤੁਸੀਂ ਜ਼ਰੂਰ ਦੱਸੋ ਜੀ। ਜਾਂ ਜਿਵੇਂ ਗਾਂਧੀ ਜਦੋਂ ਰਿਲੀਜ਼ ਹੋਈ ਸੀਗੀ ਉਹ ਤੋਂ ਬਾਅਦ ਤੁਹਾਡਾ ਜਿਹੜਾ ਕੀ ਤੁਹਾਡੇ 'ਤੇ ਫਰਕ ਪਿਆ ਸੀਗਾ ਕਰੀਅਰ 'ਤੇ, ਜਾਂ ਜਦੋਂ ਕੋਈ ਇੱਦਾਂ ਦੀ ਫਿਲਮ ਵੀ ਹੋਈ ਹੈ ਜੋ ਸ਼ਾਇਦ ਆਡੀਅੰਸ ਕੋਲ ਨਹੀਂ ਤਰੀਕੇ ਨਾਲ ਪਹੁੰਚੀ ਉਹ ਤੋਂ ਬਾਅਦ ਕੀ ਫਰਕ ਪਿਆ ਸੀਗਾ ਜ਼ਿੰਦਗੀ ਦੇ ਵਿੱਚ? ਜਦੋਂ ਗਾਂਧੀ ਵਨ ਆਈ ਸੀ ਤਾਂ ਇੱਕੋਦਮ ਹੀ ਉਹਨੇ ਬਾਲ ਮਾਰਦਿਆਂ ਆ ਜਾਂਦਾ ਹੈ ਨਾ, ਇੱਦਾਂ ਦਾ ਜੰਪ ਮਿਲਿਆ ਸੀਗਾ ਹੈ ਨਾ ਜੀ ਜੀ, ਅਤੇ ਇੱਕੋਦਮ ਆਪਾਂ ਸੋਚ ਆਪਾਂ ਇਹ ਦੇਖਦੇ ਨਹੀਂ ਸੀ ਵੀ ਕੋਈ ਫੋਟੋਆਂ ਕਿੱਥੇ ਕਰਾਊਗਾ, ਐਂ ਹੋਊਗਾ ਐਂ ਹੋਊਗਾ, ਉਦੋਂ ਇੱਕੋਦਮ ਐਂ ਹੋਣ ਲੱਗਿਆ ਫੋਟੋ ਕਰਾ ਲਓ ਫੋਟੋ ਕਰਾ ਲਓ ਇੱਦਾਂ ਦਾ ਜੀ ਜੀ ਜੀ, ਬੜਾ ਖੁਸ਼ੀ ਹੁੰਦੀ ਸੀਗੀ। ਅਤੇ ਬਾਕੀ ਜੇ ਕਦੇ ਇੱਦਾਂ ਦਾ ਹੁੰਦਾ ਤਾਂ ਉਦੋਂ ਵੀ ਆਪਣੇ ਲੋਕ ਸਿਆਣੇ ਆ ਇੱਦਾਂ ਦਾ ਕੋਈ ਉਹ ਕਰਦੇ ਨਹੀਂ ਹੈਗੇ, ਉਹ ਵੀ ਸਪੋਰਟ ਹੀ ਕਰਦੇ ਉਦੋਂ ਵੀ ਜੀ ਜੀ ਜੀ, ਉਹ ਗੱਲ ਵੱਖ ਆ ਵੀ ਕਈ ਵਾਰੀ ਨਹੀਂ ਦੇਖਣ ਜਾਂਦੇ ਜਾਂ ਉਹ ਨਹੀਂ ਜਾਂਦੇ, ਪਰ ਜਦੋਂ ਮਿਲਦੇ ਆ ਤਾਂ ਬਹੁਤ ਰਿਗਾਰਡ ਕਰਦੇ ਆ ਜੀ 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 ਜੀ। ਇੱਦਾਂ ਹੁੰਦਾ ਨਾ ਵੀ ਜਦੋਂ ਆਪਾਂ ਜਿੰਮ ਵੀ ਜਾਈਏ ਕਦੇ ਵੀ ਯਾਰ ਆਪਾਂ ਜਿੰਮ ਜੁਆਇਨ ਕਰਨੀ ਆ ਇੱਥੇ, ਉਹ ਬੜੇ ਤਰੀਕੇ ਨਾਲ ਮਿਲਦੇ ਆ ਵੀ ਸਾਡੀ ਜਿੰਮ ਜੁਆਇਨ ਕਰ ਲਓ ਭਾਜੀ, ਸਾਡੀ ਜਿੰਮ ਜੁਆਇਨ ਕਰ ਲਓ ਨਾ, ਇੱਦਾਂ ਕਰਕੇ ਇਹ ਚੀਜ਼ਾਂ ਤੁਸੀਂ ਸਾਰੀ ਫੇਸ ਕੀਤੀਆਂ ਨੇ ਰਾਈਟ ਭਾਜੀ? ਇਸ ਸੱਚ ਜਦੋਂ ਮੇਰੀ ਗੱਲ ਆਉਂਦੀ ਹੈ ਤਾਂ ਮੈਂ ਜਿੰਮ ਜਾਂਦਾ, ਇਹ ਗੱਲ ਹੈ ਜਦੋਂ 2010 ਦੇ ਵਿੱਚ ਮੇਰੀ ਪਹਿਲੀ ਫਿਲਮ ਆਈ ਸੀ ਕੁੜੀ ਪੰਜਾਬ ਦੀ, ਸਰਦਾਰ ਮਨਮੋਹਨ ਸਿੰਘ ਜੀ ਨੇ ਡਾਇਰੈਕਟ ਕੀਤੀ ਸੀ। ਉਸ ਟਾਈਮ ਸੋਸ਼ਲ ਹਾਂਜੀ ਉਸ ਟਾਈਮ ਸੋਸ਼ਲ ਮੀਡੀਆ ਨਹੀਂ ਸੀਗਾ, ਇੰਨਾ ਐਕਟਿਵ ਨਹੀਂ ਸੀਗਾ, ਐਕਟਿਵਿਟੀ ਹੈ ਹੀ ਨਹੀਂ ਸੀਗਾ ਜੀ, ਬਟ ਉਹ ਹਰ ਘਰ ਦੇ ਵਿੱਚ ਚੱਲੀ ਫਿਲਮ, ਹਰ ਘਰ ਦੇ ਵਿੱਚ ਠੀਕ ਹੈ ਨਾ ਜੀ। ਉਸ ਤੋਂ ਬਾਅਦ ਮੇਰੀਆਂ ਕਾਫੀ ਫਿਲਮਾਂ ਆਈਆਂ ਜਿਵੇਂ ਨੌਟੀ ਜੈਟਸ ਵੀ ਆਈ, ਮਤਲਬ ਯਾਦ ਵੀ ਨਹੀਂ ਮੈਨੂੰ, ਬਟ ਉਹਦੀਆਂ ਜਿਹੜੀਆਂ ਰੀਲਸ ਹੈਗੀਆਂ ਉਹ ਹੁਣ ਵੀ ਮਤਲਬ ਚੱਲ ਰਹੀਆਂ ਫਿਲਮ, ਕੁਛ ਇਹੋ ਜਿਹੀਆਂ ਵੀ ਫਿਲਮਾਂ ਸੀਗੀਆਂ ਜਿਹੜੀਆਂ ਫਿਲਮਾਂ ਨਹੀਂ ਚੱਲੀਆਂ, ਬਟ ਉਹਨਾਂ ਦੀਆਂ ਰੀਲਸ ਜਿਹੜੀਆਂ ਸਪੈਸ਼ਲੀ ਉਹਦੇ ਵਿੱਚ ਕਈ ਫਿਲਮਾਂ ਮੇਰੀਆਂ ਇਹੋ ਜਿਹੀਆਂ ਵੀ ਸੀ ਜਿਹਦੇ ਵਿੱਚ ਮੇਰੇ ਸਿਰਫ ਦੋ ਦੋ ਸੀਨ ਹੀ ਸੀਗੇ, ਲੇਕਿਨ ਉਹ ਚੱਲੇ ਜੀ, ਠੀਕ ਹੈ ਨਾ ਜੀ ਗੱਲ। ਸੋ ਅਸੀਂ ਇੱਕ ਇਮਾਨਦਾਰੀ ਨਾਲ ਇੱਕ ਹਰ ਇੱਕ ਐਕਟਰ ਜਿਹੜਾ ਵੀ ਕੋਈ ਪ੍ਰੋਫੈਸ਼ਨਲੀ ਆਪਦਾ ਤਨ ਮਨ ਲਾ ਕੇ ਆਪਦਾ ਕੰਮ ਕਰਦਾ ਉਹ ਆਪਦੇ ਕਹਿੰਦੇ ਉਹ ਆਪਦਾ 100% ਦਿੰਦਾ, ਠੀਕ ਹੈ। ਫਿਲਮ ਕਈ ਵਾਰ ਬਹੁਤ ਚੱਲ ਜਾਂਦੀ, ਕਈ ਵਾਰ ਚੱਲਦੀ ਹੈ, ਕਈ ਵਾਰ ਨਹੀਂ ਚੱਲਦੀ। ਸੋ ਇੱਕ ਫਿਲਮ ਦੀ ਵੀ ਕਿਸਮਤ ਹੈ, ਉਹ ਇੱਕ ਆਰਟਿਸਟ ਦੀ ਵੀ ਕਿਸਮਤ ਹੈ, ਠੀਕ ਹੈ ਨਾ। ਲੇਕਿਨ ਇਹ ਨਹੀਂ ਹੈਗਾ ਕਿ ਉਹਦੀ ਮਿਹਨਤ ਐਵੇਂ ਗਈ, ਉਹ ਕਿਤੇ ਨਾ ਕਿਤੇ ਅੱਗੇ ਜ਼ਰੂਰ ਆਉਂਦੀ ਹੈ। ਸੋ ਮੇਰਾ ਤਾਂ ਮੰਨਣਾ ਇਹੀ ਹੈ ਜੀ। ਹਾਂ ਬਹੁਤ ਖੂਬ, ਮਿਹਨਤ ਕਦੇ ਜ਼ਾਇਆ ਨਹੀਂ ਜਾਂਦੀ, ਮਤਲਬ ਬਿਲਕੁਲ ਬਿਲਕੁਲ। ਕੀ ਬਾਤ ਹੈ ਅਜੀਤ ਯਾਰ, ਜੇ ਮੈਂ ਆਪਣੀ ਸੱਚੀ ਦਿਲ ਦੀ ਗੱਲ ਕਰਾਂ ਨਾ, ਮੈਂ ਹਾਲੇ ਬਹੁਤਾ ਨਹੀਂ ਸੋਚ ਰਹੀ ਕਿ ਕਿੰਨੀਆਂ ਮੈਂ ਹਿੱਟ ਦੇਤੀਆਂ ਅਤੇ ਕਿੰਨੀਆਂ ਮੈਂ ਫਲੋਪ ਦੇਤੀਆਂ। ਹਾਲੇ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਮੈਨੂੰ ਇਸ ਇੰਡਸਟਰੀ 'ਚ ਕੰਮ ਕਰਨ ਦਾ ਮੌਕਾ ਮਿਲ ਰਿਹਾ। ਤੁਹਾਡੀ ਤੀਜੀ ਫਿਲਮ ਆ ਇਹ? ਮੇਰੀ ਇਹ 5ਵੀਂ ਫਿਲਮ ਆ। ਅਤੇ ਮੈਂ ਇੰਨੀ 'ਚ ਹੀ ਖੁਸ਼ ਹੁੰਦੀ ਹਾਂ ਕਿ ਮੈਨੂੰ ਚਾਹੇ ਲੋਕ ਜਾਣਨ ਨਾ ਜਾਣਨ, ਬੁਲਾਉਣ ਨਾ ਬੁਲਾਉਣ, ਫੋਟੋ ਖਿਚਾਉਣ ਨਾ ਖਿਚਾਉਣ, ਮੈਨੂੰ ਕੋਈ ਮਤਲਬ ਨਹੀਂ। ਪਰ ਜਿਹੜੀ ਉਹ ਫੀਲਿੰਗ ਮੈਨੂੰ ਸੈੱਟ 'ਤੇ ਜਾ ਕੇ ਮਿਲਦੀ ਆ, ਮਤਲਬ ਅੱਜ ਮੈਨੂੰ ਬਹੁਤ ਬੁਖਾਰ ਚੜਿਆ ਹੋਇਆ ਲਿਟਰਲੀ, ਅਤੇ ਮੈਂ ਇਹਨਾਂ ਸਾਰਿਆਂ ਸਾਹਮਣੇ ਦਵਾਈਆਂ ਵੀ ਖਾ ਚੁੱਕੀ ਹਾਂ, ਪਰ ਜਿਹੜਾ ਇਹ ਕੰਮ ਕਰਨ ਦਾ ਮੈਨੂੰ ਸਵਾਦ ਆਉਂਦਾ ਨਾ, ਮਤਲਬ ਬਸ ਉਹੀ ਸਵਾਦ ਮੇਰੇ ਲਈ ਬਹੁਤ ਆ, ਮੈਨੂੰ ਨਹੀਂ ਲੱਗਦਾ ਕਿ ਮੈਨੂੰ ਹੋਰ ਕੁਝ ਚਾਹੀਦਾ, ਤੇ ਇਹੀ ਸਵਾਦ ਮੈਨੂੰ ਤਾਂ ਉਮਰ ਮਿਲਦਾ ਰਹੇ। ਮੈਨੂੰ ਲੱਗਦਾ ਕਿ ਅਦਿਤੀ ਦੀ ਇਹ ਗੱਲ ਸੁਣ ਕੇ ਨਾ ਆਡੀਅੰਸ ਦਾ ਜਿਹੜਾ ਕਮੈਂਟ ਇਹ ਆਣੇ ਨੇ ਵੀ ਯਾਰ ਬਾਹਰ ਦਾ ਖਾਣਾ ਘੱਟ ਖਾਇਆ ਕਰੋ, ਕਹਿੰਦਾ ਖਾਣਾ ਜ਼ਿਆਦਾ ਖਾਇਆ ਕਰੋ ਫਿਰ ਠੀਕ ਰਹੂਗੀ ਤਬੀਅਤ। ਮੈਨੂੰ ਲੱਗਦਾ ਨਹੀਂ, ਸਹੀ ਗੱਲ ਹੈ ਯਾਰ, ਨਹੀਂ ਤੁਹਾਡੇ ਸਾਰਿਆਂ ਦੀ ਦੁਆਵਾਂ ਚਾਹੀਦੀਆਂ ਤੇ ਆਪਣੇ ਆਪ ਹੀ ਬੰਦਾ ਭਲਾ ਚੰਗਾ। ਦੇਖੋ ਜਿਹੜਾ ਜਿਹੜਾ ਐਜ ਐਨ ਆਰਟਿਸਟ ਜਦੋਂ ਮੈਂ ਕੰਮ ਅਸੀਂ ਕੰਮ ਕਰਦੇ, ਮਤਲਬ ਹਰ ਆਰਟਿਸਟ ਤਾਂ ਹੀ ਸੋਚਦਾ ਹੋਊਗਾ, ਪਰ ਮੈਂ ਤਾਂ ਇਹ ਸੋਚਦਾ ਗਾ ਵੀ ਮੇਰਾ ਕੰਮ ਹੈ ਮੇਰੇ ਕਰੈਕਟਰ ਨੂੰ ਇਮਾਨਦਾਰੀ ਨਾਲ ਕਰਨਾ,
ਮੈਂ ਉਦੋਂ ਇਹ ਨਹੀਂ ਸੋਚਦਾ ਹੁੰਦਾ ਵੀ ਮੈਂ ਹਿੱਟ ਫਿਲਮ ਦੇਣੀ ਹੈ ਜਾਂ ਮੈਂ ਫਲੋਪ ਫਿਲਮ ਦੇਣੀ ਹੈ, ਉਹ ਹੈ ਹੀ ਨਹੀਂ ਗਾ, ਸਾਡਾ ਕੰਮ ਆ ਕੰਮ ਕਰਨਾ। ਜੇ ਫਿਲਮ ਵਰਕ ਦੇਖੋ, ਹਿੱਟ ਮਾ ਫਲੋਪ ਦੇ ਮਾਇਨੇ ਵੀ ਅਲੱਗ ਅਲੱਗ ਨੇ, ਇੱਕ ਹੁੰਦਾ ਬੋਕਸ ਆਫਿਸ ਹਿੱਟ, ਇੱਕ ਹੁੰਦੀ ਆ ਫਿਲਮ ਲੋਕਾਂ ਨੂੰ ਨਹੀਂ ਪਸੰਦ ਆਈ, ਠੀਕ ਹੈ, ਦੋਨਾਂ 'ਚ ਫਰਕ ਹੈ। ਕਈ ਵਾਰੀ ਫਿਲਮਾਂ ਬਹੁਤ ਅੱਛੀਆਂ ਹੁੰਦੀਆਂ ਨੇ, ਬੋਕਸ ਆਫਿਸ 'ਤੇ ਨਹੀਂ ਕੁਛ ਕਰ ਪਾਉਂਦੀਆਂ, ਪਰ ਟੀ ਵੀ 'ਤੇ ਚੱਲ ਜਾਂਦੀਆਂ ਨੇ, ਉਹ OTT 'ਤੇ ਚੱਲ ਜਾਂਦੀਆਂ ਨੇ, ਤਾਂ ਇਸ ਲਈ ਉਹ ਹਿੱਟ ਫਲੋਪ ਦਾ ਤਾਂ ਮਾਇਨੇ ਹੀ ਅਲੱਗ ਨੇ। ਪਰ ਇੱਕ ਆਰਟਿਸਟ ਹੈ ਜਿਹੜਾ, ਉਹ ਕਿਸੇ ਵੀ ਫਿਲਮ ਦੇ ਵਿੱਚ ਜਦੋਂ ਆਪਦਾ ਕੰਮ ਇਮਾਨਦਾਰੀ ਨਾਲ ਕਰਦਾ, ਚਾਹੇ ਉਹ ਫਲੋਪ ਹੀ ਹੈ ਫਿਲਮ, ਉਹ ਦਿਖ ਜਾਂਦਾ, ਉਹ ਡਿਫਰੈਂਟ ਹੈ, ਤਾਂ ਉਹਨੂੰ ਲੋਕ ਜ਼ਰੂਰ ਐਪਰੀਸ਼ੀਏਟ ਕਰਦੇ ਨੇ। ਉਹ ਇਹ ਨਹੀਂ ਕਹਿੰਦੇ ਵੀ ਤੂੰ ਫਲੋਪ ਫਿਲਮ ਕਰਿਆ ਨਾ, ਅਗਲਾ ਕਹਿੰਦਾ ਫਿਲਮ ਤੁਹਾਡੀ ਯਾਰ ਦੇਖੀ ਸੀ, ਉਹ 'ਚ ਤੁਹਾਡਾ ਬਹੁਤ ਸੋਹਣਾ ਕਰੈਕਟਰ ਸੀ, ਉਹ ਬਹੁਤ ਜ਼ਿਆਦਾ ਫੇਲ ਹੋਈ ਫਿਲਮ ਵੀ ਹੋ ਸਕਦੀ ਹੈ। ਤਾਂ ਐਜ਼ ਐਨ ਆਰਟਿਸਟ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਇਹ ਚੀਜ਼ ਸੋਚ ਕੇ ਕੰਮ ਕਰਨੀ ਚਾਹੀਦੀ, ਮੈਂ ਹਿੱਟ ਹੀ ਦੇਣੀ ਹੈ, ਇਹ ਚੱਕਰਾਂ 'ਚ ਫਸਣਾ ਥੋੜ੍ਹੀ ਅਸੀਂ, ਮਤਲਬ ਮੈਨੂੰ ਲੱਗਦਾ ਪਰਸਨਲੀ, ਹੋਰਾਂ ਦਾ ਮੈਨੂੰ ਪਤਾ ਨਹੀਂ ਹੈਗਾ, ਮੈਂ ਨਹੀਂ ਸੋਚਦਾ ਵੀ ਇਹ ਸਾਡਾ ਕੰਮ ਹੋਣਾ ਚਾਹੀਦਾ ਵੀ ਅਸੀਂ ਹਿੱਟ ਹੀ ਦੇਣੀ ਹੈ, ਫਿਰ ਤਾਂ ਅਸੀਂ ਕੰਮ ਹੀ ਨਹੀਂ ਕਰ ਸਕਦੇ। ਸਾਡਾ ਕੰਮ ਆ ਕੰਮ ਕਰਨਾ, ਉਹਨੂੰ ਇਮਾਨਦਾਰੀ ਨਾਲ ਕਰੀਏ ਬਸ। ਰਾਈਟ, ਸੋ ਬਾਈ ਤੁਸੀਂ ਮਾਈਕ ਫੜ ਲਓ ਇਹ ਵਾਲਾ, ਆਪਾਂ ਨਾ ਹੁਣ ਕੁਐਸਚਨ ਜਿਹੜੇ ਫਾਸਟ ਫਾਸਟ ਆਨਸਰ ਦੇਣੇ ਹੁੰਦੇ ਆ ਨਾ, ਉਹ ਵਾਲੇ ਦੇਣੇ ਆਪਾਂ, ਅਤੇ ਜੀ 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 ਸਵਾਲ ਪਹਿਲਾਂ ਆਉਣ ਦੇ ਬਹੁਤ ਇੰਟਰਸਟਿੰਗ, ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਬਣਾਇਆ ਜਾਵੇ। ਰਾਈਟ, ਸੋ ਤੁਸੀਂ ਇੱਕ ਫਿਲਮ ਸ਼ੂਟ ਕਰਕੇ ਆਏ ਹੋ, ਨਾਲੇ ਪ੍ਰਮੋਸ਼ਨ ਦੇ ਵਿੱਚ ਵੀ ਨਾਲ ਹੋ, ਜ਼ਾਹਿਰ ਜੀ ਗੱਲ ਹੈ ਇੱਕ ਦੂਜੇ ਨੂੰ ਜਾਣਦੇ ਹੋਵੋਗੇ, ਆਪਾਂ ਗੱਲਾਂ ਪੁੱਛ ਲੈਣੀਆਂ ਨੇ, ਹੈ ਨਾ। ਸੈੱਟ ਦੇ ਉੱਤੇ ਜਾਂ ਪ੍ਰਮੋਸ਼ਨ ਦੌਰਾਨ ਸਭ ਤੋਂ ਜ਼ਿਆਦਾ ਖਾਣ ਦੀਆਂ ਗੱਲਾਂ ਕੌਣ ਕਰਦਾ ਆ? ਤੁਹਾਡੀ ਗੱਲ ਵਿੱਚ ਦੱਸੋ ਯਾਰ, ਕੋਲਡ ਕਾਫੀ ਕੌਣ ਪੀਊ? ਹੈ, ਮੇਰਾ ਮਨ ਕਰ ਰਿਹਾ, ਮੈਂ ਯਾਰ ਨੱਕ ਬੰਦ ਹੋਇਆ ਪਿਆ, ਸਾਹ ਆਉਂਦਾ ਨੀ, ਕੋਲਡ ਕਾਫੀ ਪੀਣੀ ਹੈ। ਹਾਂਜੀ ਬਰਾਦਰ ਸਾਹਿਬ, ਮੈਂ ਇਹਨਾਂ ਨੂੰ ਆਖਿਆ ਵੀ ਇਹਨਾਂ ਨੇ ਆਰਡਰ ਕੀਤਾ ਡਾਕਟਰ ਡਾਇਟ ਦਾ, ਬਰਾੜ ਸਾਹਿਬ ਦੀ ਗੱਲ, ਬਰਾੜ ਸਾਹਿਬ ਨੂੰ 5 ਮਿੰਟ ਐਕਸਟਰਾ ਦਿੱਤੇ ਜਾਣ ਜੀ, ਦੇਣੇ ਪੈਣਗੇ ਜੀ ਜੀ। ਮੈਂ ਹੁਣ ਇਹਦੇ ਤੇ ਤਵਾ ਲਾ ਰਿਹਾ ਜੀ ਜੀ, ਇਹ ਅੱਛਾ ਕੀ ਕਹਿ ਰਹੇ ਆ, ਕੀ ਆਰਡਰ ਕਰ ਰਹੇ ਆ? ਇਹਨਾਂ ਨੇ ਲਾਤਾ ਅੱਧਾ ਪੌਣਾ ਘੰਟਾ, ਇਹਨੂੰ ਭੁੱਖ ਬਾਲੀ ਲੱਗੀ ਸੀ, ਮੈਂ ਕਿਹਾ ਥੱਲੇ ਰਾਜਮਾ ਚਾਵਲ ਬਹੁਤ ਸਵਾਦ ਮਿਲਦੇ ਆ, ਭੁੱਖ ਲੱਗ ਨਹੀਂ ਮਰਜੂ ਕਿਉਂਕਿ ਮੈਂ ਖਾਊਂਗਾ ਦੇ। ਚੌਧਰੀ ਕੌਣ ਬਣਦਾ ਆਪਣੇ ਆਪ ਦੇ ਵਿੱਚ ਵੀ ਯਾਰ? ਨਹੀਂ ਯਾਰ, ਏਦਾਂ ਕਰੋ ਤੁਸੀਂ, ਮਤਲਬ ਏਦਾਂ ਚੌਧਰੀ ਕੌਣ ਬਣਦਾ? ਚੌਧਰੀ ਬਣਨਾ ਵੀ ਯਾਰ, ਜਿਵੇਂ ਓਦਾਂ ਨੀ, ਓਦਾਂ ਨੀ, ਵੈਸੇ ਵੈਸੇ ਗੱਲ ਕਰ ਰਿਹਾ ਮੈਂ ਨੋਰਮਲੀ, ਵੈਸੇ ਚੌਧਰੀ ਸਾਡੇ ਚ ਕੋਈ ਨੀ ਹੈ ਜੀ 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 ਜੀ। ਨੈਕਸਟ ਇਹ ਵੀ, ਫਿਲਮਾਂ ਦੀਆਂ ਗੱਲਾਂ ਕੌਣ ਕਰਦਾ ਹੈ ਯਾਰ? ਤੂੰ ਯਾਰ ਫਲਾਣੀ ਫਿਲਮ ਦੇਖ, ਸਵਾਦ ਬਹੁਤ ਆਊ, ਇੱਦਾਂ ਫਿਲਮ ਕੌਣ ਰੈਕਮੈਂਡ ਕਰਦਾ ਤੁਹਾਨੂੰ? ਸਾਰੇ ਤਕਰੀਬਨ ਸਾਰੀ ਗੱਲਾਂ ਜਦੋਂ ਕਿਤੇ ਗੱਲ ਹੁੰਦੀ ਉਦੋਂ ਕਰ ਦਿੰਦੇ ਆ, ਅਦਰਵਾਈਜ਼ ਤਾਂ ਸਪੈਸ਼ਲੀ ਆਪਦੀਆਂ ਖੇਡਾਂ ਦੀ ਮਸਤ ਹੁੰਦੇ ਆ ਜੀ ਜੀ ਜੀ। ਪਰ ਇਹ ਵੀ ਜਦੋਂ ਡਿਸਕਸ਼ਨ ਹੁੰਦੀ ਆ ਉਦੋਂ ਪ੍ਰੋਪਰ ਹੁੰਦੀ ਵੀ ਹੈ ਸੀਰੀਅਸਲੀ, ਕਿਉਂਕਿ ਇਹ ਨਹੀਂ ਹੈਗਾ ਵੀ ਹਰ ਵਕਤ ਅਸੀਂ ਇੱਦਾਂ ਹੀ ਹਾਸੀ ਠੱਠਾ ਕਰਦੇ ਹਾਂ, ਸੀਰੀਅਸ ਨੋਟ 'ਤੇ ਵੀ ਗੱਲ ਹੁੰਦੀ ਹੈਗੀ, ਪੰਜਾਬ ਨੂੰ ਲੈ ਕੇ ਵੀ ਗੱਲ ਹੁੰਦੀ ਹੈ, ਤਾਂ ਹਰ ਪੰਜਾਬ ਦੀ ਪੋਲਿਟਿਕਸ ਦੀ ਵੀ ਗੱਲ ਹੁੰਦੀ ਹੈ, ਤਾਂ ਹਰ ਮੁੱਦੇ 'ਤੇ ਗੱਲ ਹੁੰਦੀ ਹੈ, ਕਿਉਂਕਿ ਅਸੀਂ ਇਸ ਚੀਜ਼ 'ਚ ਆਗੇ ਤਾਂ ਉਹੀ ਇਹ ਸਾਰੀਆਂ ਗੱਲਾਂ ਸਾਡੀਆਂ ਗਾਂਧੀ ਫਿਲਮ ਦੇ ਵਿੱਚ ਵੀ ਦੇਖਣ ਨੂੰ ਮਿਲਣਗੀਆਂ ਤੁਹਾਨੂੰ, ਵੀ ਅਸੀਂ ਇਸ ਫਿਲਮ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਪੱਖਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ, ਪੰਜਾਬ ਦੇ ਉਸ ਮੁੱਦਿਆਂ ਨੂੰ ਕਿ ਲੋਕਾਂ ਨੂੰ ਉਹ ਚੀਜ਼ਾਂ ਸਾਹਮਣੇ ਦਿਖਾਈ ਦੇਣ ਜੀ ਜੀ ਜੀ। ਟਾਲਮ ਟੋਲੀ ਜੀ ਕੌਣ ਕਰਦਾ? ਕੋਈ ਨਹੀਂ ਯਾਰ, ਕਰ ਲਾਂਗੇ ਯਾਰ, ਹੁਣੇ ਕਰਦੇ ਹਾਂ ਯਾਰ, ਥੋੜ੍ਹੀ ਦੇਰ 'ਚ ਕਰਦੇ ਹਾਂ ਯਾਰ। ਬਰਾੜ ਤੂੰ ਪੁੱਛ ਲਓ, ਬਰਾੜ ਤੋਂ ਪੁੱਛ ਲਓ ਯਾਰ, ਮੈਂ ਕਿਹਾ ਇਸ ਟਾਲਮ ਟੋਲੀ ਦੀ ਕੋਈ ਕਰਦਾ, ਸਾਰੇ ਬੰਦੇ ਹੋਣਗੇ ਐਕਟਿਵ ਨੇ, ਕੋਈ ਵੀ ਡਿਸੀਜਨ। ਮੈਂ ਆਪਦੀ ਗੱਲ, ਇਹ ਬਹੁਤ ਐਕਟਿਵ ਐਕਟਰਸ ਹੈਗੇ ਐਸ ਕੰਪੇਅਰ ਟੂ ਮੀ, ਠੀਕ ਹੈ ਨਾ,
ਜਿਮ ਜੁਮ ਜਾਣ ਦਾ ਕੌਣ ਸ਼ੌਕੀਨ ਆ ਦਾਦਾ ਵੀ ਯਾਰ ਕੋਈ ਨੀ ਯਾਰ ਇਸ ਟਾਈਮ ਨਾ ਕੋਈ ਕੰਮ ਰੱਖਿਓ ਮੈਂ ਜਿਮ ਜਾਣਾ ਆ ਏਦਾਂ ਦੀਆਂ ਗੱਲਾਂ ਜੀ ਜੀ ਡਾਈਟਿੰਗ ਦਾ ਖਿਆਲ ਕੌਣ ਰੱਖਦਾ ਵੀ ਯਾਰ ਤੂੰ ਇਹ ਚੀਜ਼ ਨਾ ਖਾ ਸਾਰਿਆਂ ਨੇ ਕਹਿਤਾ ਵੀ ਅਦਿਤੀ ਨੇ ਆਰਡਰ ਕੀਤਾ ਸੀਗਾ ਦੂਜੀ ਗੱਲ ਇਹ ਆ ਵੀ ਦੂਜੀ ਗੱਲ ਇਹ ਆ ਵੀ ਅਦਿਤੀ ਨੇ ਜਦੋਂ ਸਾਨੂੰ ਘਰੇ ਬੁਲਾਇਆ ਸੀ ਆਪਣੇ ਉਦੋਂ ਸਾਨੂੰ ਸਮੋਸੇ ਸਮੋਸੇ ਖਵਾਏ ਸੀਗੇ ਤੇ ਆਪ ਵੀ ਖਾਏ ਸੀਗੇ ਲੇਟ ਕੌਣ ਆਉਂਦਾ ਸੈੱਟ ਤੇ ਯਾਰ ਵੀ ਉੱਥੇ ਸ਼ਾਟ ਰੈਡੀ ਆ ਪਤਾ ਲੱਗ ਰਿਹਾ ਅਖੀਰ ਦੇ ਵਿੱਚ ਆਪਾਂ ਗਾਂਧੀ ਥਰੀ ਨੂੰ ਲੈ ਕੇ ਗੱਲ ਕਰਨੀ ਆ ਹੁਣ ਕੋਈ ਏਦਾਂ ਦੀ ਦਿਲ ਦੀ ਗੱਲ ਜਿਹੜੀ ਤੁਹਾਡੇ ਦਿਲ ਦੇ ਵਿੱਚ ਹੋਵੇ ਔਰ ਮੈਂ ਸ਼ਾਇਦ ਨਾ ਮੈਂ ਪੁੱਛੀ ਹੋਵੇ ਮੈਨੂੰ ਪੁੱਛਣੀ ਨਾ ਆਈ ਹੋਵੇ ਤਾਂ ਤੁਸੀਂ ਕਹਿ ਸਕਦੇ ਹੋ ਗਾਂਧੀ ਥਰੀ ਬਾਰੇ ਮੈਂ ਇੱਕ ਗੱਲ ਇਹ ਕਹੂੰਗਾ ਵੀ ਇਸ ਕਰੈਕਟਰ ਨਾਲ ਇਹ ਸਾਰੇ ਜਿਹੜੇ ਪਾਤਰ ਨੇ ਜਾਂ ਇੱਕ ਫਿਲਮ ਦਾ ਜੋ ਫੀਲ ਹੈ ਨਾ ਉਹਦੇ ਨਾਲ ਮੇਰੀ ਪਰਸਨਲੀ ਅਜੀਬ ਜਿਹੀ ਬੌਂਡਿੰਗ ਹੈ ਪਤਾ ਨਹੀਂ ਹੁਣ ਮੈਨੂੰ ਉਹ ਦੱਸਣੀ ਨਹੀਂ ਆ ਰਹੀ ਜਦੋਂ ਮੈਂ ਦੇਖਦਾ ਫਿਲਮ ਦੇ ਵਿੱਚ ਇਹ ਕਰੈਕਟਰ ਸਾਰੇ ਇਨਕਲੂਡਡ ਮੇਰਾ ਵੀ ਹੈ ਮੈਨੂੰ ਲੱਗਦਾ ਨਹੀਂ ਵੀ ਮੈਂ ਆ ਉਹ ਜਾਂ ਉਹ ਸਾਰੇ ਪਾਤਰ ਵੀ ਦੇਵ ਹੈ ਲੱਕੀ ਹੈ ਉਹ ਮੈਂ ਨਹੀਂ ਲੱਗਦੇ ਉਹ ਮੈਨੂੰ ਉਹ ਕਰੈਕਟਰ ਦਿੰਦੇ ਨੇ ਉਹਨਾਂ 'ਚ ਉਹ ਪੰਜਾਬ ਦੀ ਜਿਹੜੀ ਉਹ ਜਿਵੇਂ ਉਹ ਗਏ ਨੇ ਉਸ ਮਾਹੌਲ 'ਚੋਂ ਨਿਕਲ ਕੇ ਉਸ ਮਾਹੌਲ 'ਚ ਫਸੇ ਨੇ ਤਾਂ ਉਹ ਚੀਜ਼ ਮੈਨੂੰ ਫੀਲ ਹੁੰਦੀ ਹੈ ਉਹ ਮੈਂ 1 ਅੱਜ ਵੀ ਦੇਖਾਂ 2 ਦੇਖਾਂ ਹੁਣ 3 ਆ ਰਹੀ ਆ ਤਾਂ ਮੈਂ ਆਪਦੇ ਆਪ ਨੂੰ ਉਹ ਤੋਂ ਵੱਖ ਕਰਕੇ ਦੇਖਦਾ ਗਾ ਤਾਂ ਉਹ ਇਸ ਫਿਲਮ ਦੀ ਖਾਸੀਅਤ ਹੈ ਮੈਨੂੰ ਲੱਗਦਾ ਵੀ ਐਜ਼ ਐਨ ਐਕਟਰ ਮੈਂ ਕੰਮ ਵੀ ਕੀਤਾ ਇਹਦੇ 'ਚ ਪਰ ਮੈਂ ਉਹ ਸਾਰੇ ਪਾਤਰਾਂ ਨੂੰ ਜਿੰਨੇ ਵੀ ਨੇ ਉਹ 'ਚ ਮਦਰ ਦਾ ਚਾਹੇ ਰੋਲ ਆ ਚਾਹੇ ਬੱਚੇਦਾਰ ਹੈ ਤਾਂ ਮੈਨੂੰ ਉਹਦੇ 'ਚ ਆਪਣਾ ਪੰਜਾ ਦਿੰਦਾ ਗਾ ਵੀ ਹਾਂ ਇਹ ਸਾਡੀ ਗੱਲ ਹੋ ਰਹੀ ਹੈ ਪੰਜਾਬ ਦੀ ਗੱਲ ਹੋ ਰਹੀ ਹੈ ਕੋਈ ਤਾਂ ਇਹ ਬੜੀ ਮੈਨੂੰ ਚੀਜ਼ ਚੰਗੀ ਲੱਗਦੀ ਹੈ ਗਾਂਧੀ ਫਿਲਮ ਦੀ ਤਾਂ ਮੇਰੇ ਲਈ ਤਾਂ ਬੜਾ ਖਾਸ ਜਿਹੀ ਮੂਮੈਂਟ ਹੈ ਦੋਨੋਂ ਤਿੰਨਾਂ ਫਿਲਮਾਂ ਦੀ ਹਾਂ ਅਤੇ ਮੈਨੂੰ ਆਪਦੇ ਆਪ ਨੂੰ ਅਜੀਬ ਜਿਹੀ ਅਟੈਚਮੈਂਟ ਫੀਲ ਹੁੰਦੀ ਹੈ ਉਹਦੇ ਨਾਲ ਜੀ ਚਾਹੇ ਉਹ ਇਮੋਸ਼ਨ ਨੇ ਚਾਹੇ ਉਹ ਰਿਸ਼ਤੇ ਨੇ ਯਾਰੀ ਦੋਸਤੀ ਵਾਲੇ ਚਾਹੇ ਉਹਨਾਂ ਦੀ ਕਿਸੇ ਲਈ ਸੈਕਰੀਫਾਈਸ ਹੈ ਤਾਂ ਬੜਾ ਉਹ ਖੂਬਸੂਰਤ ਐਂਗਲ ਹੈ ਇਸ ਫਿਲਮ ਦਾ ਰਾਈਟ ਸੋ ਬਾਈ ਕੁਛ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਇਹੀ ਅਪੀਲ ਕਰਾਂਗੇ ਜੀ 30 ਅਗਸਤ ਨੂੰ ਹਾਂ ਗਾਂਧੀ 3 ਯਾਰਾਂ ਦਾ ਯਾਰ ਸਾਰਿਆਂ ਨੇ ਬਹੁਤ ਹੀ ਮਿਹਨਤ ਨਾਲ ਫਿਲਮ ਬਣਾਈ ਹੈ ਐਂਡ ਟੀਮ ਵੱਲੋਂ ਵੀ ਮੈਂ ਕਹੂੰਗਾ ਕਿ ਥੈਂਕਸ ਟੂ ਡ੍ਰੀਮ ਰਿਐਲਿਟੀ ਮੂਵੀਜ਼ ਇਹ ਤੀਜੀ ਵਾਰ ਸਾਨੂੰ ਇਕੱਠਿਆਂ ਨੂੰ ਕਰ ਰਹੇ ਨੇ
ਔਰ ਬਹੁਤ ਖੂਬਸੂਰਤ ਟੀਮ ਹੈ ਔਰ ਲਖਵੀਰ ਚਹਿਲ ਜੀ ਦਾ ਬਹੁਤ ਬਹੁਤ ਥੈਂਕਸ, ਰਾਜੇਸ਼ ਅਰੋੜਾ ਜੀ ਦਾ ਬਹੁਤ ਬਹੁਤ ਥੈਂਕਸ, ਐਗਜ਼ੀਕਿਊਟਿਵ ਪ੍ਰੋਡਿਊਸਰ ਆਪਣੇ ਰਜਿੰਦਰ ਰਾਜੇ ਦਾ ਬਹੁਤ ਬਹੁਤ ਥੈਂਕਸ, ਖਾਸ ਕਰਕੇ ਦੇਵ ਬਾਈ ਜੀ ਦਾ ਬਹੁਤ ਬਹੁਤ ਥੈਂਕਸ। ਔਰ ਜੀ ਦੇਵ ਬਾਈ ਤੋਂ ਮੈਨੂੰ ਗੱਲ ਯਾਦ ਆਈ, ਮੈਂ ਤੁਹਾਡੇ ਸਾਰਾ ਜਾਣਨਾ ਚਾਹੁੰਦਾ ਹੈ ਨਾ, ਤੁਸੀਂ ਬਹੁਤ ਸਾਰਾ ਕੰਮ ਕੀਤਾ ਉਹਨਾਂ ਨਾਲ। ਦੇਵ ਬਾਈ ਜੋ ਹੈ ਉਹਨਾਂ ਦੀ ਜੋ ਰੱਬ ਨੇ ਛਵੀ ਬਣਾਈ ਆ ਨਾ, ਉਹ ਇੱਦਾਂ ਦੀ ਆ ਵੀ ਜਿਵੇਂ ਵੱਡੇ ਭਰਾ ਵਾਲੀ ਆ, ਵੱਡੇ ਲੀਡਰ ਵਾਲੀ ਆ ਨਾ। ਮੈਂ ਜਾਣਨਾ ਚਾਹੁੰਦਾ ਕਿ ਫਿਲਮ ਤੋਂ ਬਾਅਦ ਤੁਹਾਡੇ ਨਾਲ ਕਿੰਨਾ ਕਨੈਕਟ ਰਹਿੰਦੇ ਨੇ, ਔਰ ਕਿੰਨਾ ਕੁ ਫੋਨ ਕਰਕੇ ਪੁੱਛਦੇ ਆ ਜਾਂ ਡਿਸਕਸ਼ਨ ਆਉਂਦੀਆਂ ਮਿਲ ਕੇ ਵੀ ਯਾਰ ਨਵਦੀਪ ਤੂੰ ਕੀ ਕਰ ਰਿਹਾ, ਲੱਕੀ ਯਾਰ ਤੂੰ ਕੀ ਕਰ ਰਿਹਾ, ਹੈ ਨਾ ਤੂੰ ਫਿਲਮ ਮੇਰੀ ਫਿਲਮ ਕਰ ਲਾ ਜਾਂ ਮੈਂ ਕੁਛ ਇੱਦਾਂ ਕਰ ਰਿਹਾ ਤੂੰ ਮੇਰੇ ਨਾਲ ਆ ਜਾ, ਇੱਦਾਂ ਦੀਆਂ ਡਿਸਕਸ਼ਨ ਆਉਂਦੀਆਂ। ਬਿਲਕੁਲ ਮੈਂ ਜਾਣਨਾ ਚਾਹੁੰਦਾ ਤੁਹਾਡੀ ਡਿਟੇਲ ਦੇ ਵੀ ਦੱਸਿਆ ਜਾਵੇ, ਕਿਉਂਕਿ ਦੇਵ ਬਾਈ ਬਹੁਤ ਕਮਾਲ ਦੇ ਐਕਟਰ ਨੇ, ਸਾਡਾ ਮਾਣ ਵਧਾਇਆ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਦਾ, ਉਹ ਇਕੱਲੇ ਦਾ ਐਕਟਰ ਨੇ ਜਿਹਨਾਂ ਨੂੰ ਪੰਜਾਬੀ ਦੇ ਜਿਹੜੇ ਮੁੰਡੇ ਕੁੜੀਆਂ ਨੇ ਬਹੁਤ ਪਿਆਰ ਕਰਦੇ ਆ ਹੈ ਨਾ। ਇਸ ਤਰ੍ਹਾਂ ਸੀ ਗੱਲ ਜੀ, ਗੰਨ ਦੀ ਜਿਹੜੀ ਸੈਕਿੰਡ ਆਈ ਸੀਗੀ ਉਸ ਤੋਂ ਬਾਅਦ ਨਾ ਥੋੜ੍ਹਾ ਜਿਹਾ ਸਾਡਾ ਗੈਪ ਪੈ ਗਿਆ ਸੀ, ਗੈਪ ਮਤਲਬ ਮੈਂ ਕਿਤੇ ਹੋਰ ਬਿਜ਼ੀ ਹੋ ਗਿਆ ਕਿਤੇ ਮਤਲਬ ਹੋਰ, ਅਤੇ ਇੱਕਦਮ ਸਡਨਲੀ ਸ਼ਾਮ ਨੂੰ ਫੋਨ ਆਇਆ, ਇਹ ਕਰ ਰਹੇ ਸੀਗੇ ਜ਼ਖਮੀ ਫਿਲਮ ਕਰ ਰਹੇ ਸੀਗੇ, ਬੀਨੋ ਢਿੱਲੋਂ ਪ੍ਰੋਡਕਸ਼ਨ ਸੀ ਅਤੇ ਬਾਈ ਇੰਦਰ ਜੀ ਡਾਇਰੈਕਟ ਕਰ ਰਹੇ ਸੀਗੇ, ਅਤੇ ਮੈਨੂੰ ਸ਼ਾਮ ਨੂੰ ਬਰਾ ਬਰਾੜ ਕਿੱਥੇ ਹੈ, ਮੈਂ ਕਿਹਾ ਬਾਈ ਮੈਂ ਸਰਸੇ, ਕਹਿੰਦਾ ਨੈਗੇਟਿਵ ਕਰੈਕਟਰ ਹੈ ਕਰੇਗਾ, ਮੈਂ ਕਿਹਾ ਬਾਈ ਤੁਹਾਡਾ ਫੋਨ ਆ ਗਿਆ ਇਹਦਾ ਮਤਲਬ ਤੁਸੀਂ ਤਾਂ ਆਪ ਸਮਝ ਕਹਿ ਦਿਓ ਹਾਂ ਬਸ ਇਹ ਤਾਂ ਲਿਖ ਦੇਣਾ, ਮੈਂ ਕਿਹਾ ਪੁੱਛਣ ਦੀ ਕੀ ਲੋੜ ਹੈ। ਸੋ ਕਹਿਣ ਦਾ ਮਤਲਬ ਉਹ ਚੀਜ਼ ਇੱਥੇ ਹੈ, ਅਸੀਂ ਗੱਲ ਕਰੀਏ 6 ਮਹੀਨੇ ਨਾ ਕਰੀਏ, ਸਾਲ ਨਾ ਕਰੀਏ, ਕਰੀਏ ਰੋਜ਼ ਕਰੀਏ, ਠੀਕ ਹੈ। ਸੋ ਉਹ ਜਿਹੜੀ ਬੌਂਡਿੰਗ ਹੈਗੀ ਹੈ ਤੁਹਾਡੇ ਵਿੱਚ ਉਹ ਚੀਜ਼ ਹੋਣੀ ਜ਼ਰੂਰੀ ਹੈ। ਸੋ ਤਾਂ ਹੀ ਅੱਜ ਅਸੀਂ ਅੱਜ ਇੱਥੇ ਇਕੱਠੇ ਹਾਂ ਡ੍ਰੀਮ ਰਿਐਲਿਟੀ ਨਾਲ, ਲੱਕੀ ਵੀਰ ਹੈ, ਨਵਦੀਪ ਬਾਈ ਹੈ, ਸਾਰੇ ਅਸੀਂ ਇਕੱਠੇ ਕੰਮ ਕਰ ਰਹੇ ਦੇਵ ਬਾਈ ਨਾਲ, ਹੈ ਨਾ। ਸੋ ਇਸੇ ਕਰਕੇ ਕਰ ਰਹੇ ਕਿਉਂਕਿ ਇਹ ਵੈਰੀ ਫਸਟ ਡੇ ਇਹ ਬੌਂਡਿੰਗ ਬਣ ਗਈ ਸੀਗੀ, ਠੀਕ ਹੈ। ਅਤੇ ਪਰਮਾਤਮਾ ਮਿਹਰ ਕਰੇ ਅੱਗੇ ਵੀ ਬਣੀ ਰਹੇ ਅਤੇ ਔਰ ਅੱਗੇ ਵੀ ਕੰਮ ਕਰਦੇ ਰਹੇ। ਲੱਕੀ ਬਾਈ ਤੁਸੀਂ ਕੋਈ ਜ਼ਿਆਦਾ ਦੇਵ ਬਾਈ ਨਾਲ ਕੋਈ ਜ਼ਿਆਦਾ ਜਿਹੜੀ ਮੇਰਾ, ਹਾਂਜੀ ਬਹੁਤ ਗਾਂਧੀ ਵਨ ਤੋਂ ਲੈ ਕੇ ਹੁਣ ਤੱਕ ਜਾਣੀ ਬਹੁਤ ਬੁੜਾ ਪਿਆਰ ਆ, ਜਾਣੀ ਵੱਡੇ ਬਾਈ ਵਾਲਾ ਰੁਤਬਈ ਆ ਬਾਈ ਦਾ, ਹੈ ਨਾ। ਮੈਂ ਤਾਂ ਜੇ ਫਿਲਮ ਦੇ ਰਿਗਾਰਡਿੰਗ ਵੀ ਨਾ ਗੱਲ ਕਰਨੀ ਵੀ ਸਾਡੇ ਹਫ਼ਤੇ 2-3 ਵਾਰੀ ਗੱਲ ਹੋ ਜਾਂਦੀ ਆ, ਅਤੇ ਜੇ ਵੈਸੇ ਵੀ ਮੈਂ ਕੋਈ ਪਰਿਵਾਰਕ ਗੱਲ ਕਰਨੀ ਆ, ਕੋਈ ਸਲਾਹ ਲੈਣੀ ਆ, ਰਾਏ ਮਸ਼ਵਰਾ ਕਰਨਾ, ਮੈਂ ਬਾਈ ਤੋਂ ਜ਼ਰੂਰ ਪੁੱਛਦਾ ਹੁੰਦਾ। ਤਾਂ ਬਾਈ ਮੈਨੂੰ ਕਦੇ ਵੀ ਉਹ ਨਹੀਂ ਕਰਿਆ ਵੀ ਹਾਂ ਯਾਰ ਮੈਂ ਬਿਜ਼ੀ ਅੱਜ ਨਹੀਂ ਗੱਲ ਕਰਦਾ, ਉਹ ਨਹੀਂ ਕੱਲ੍ਹ ਨੂੰ, ਆਪਦਾ ਟਾਈਮ ਕੱਢ ਕੇ ਮੈਨੂੰ ਸਲਾਹ ਦਿੰਦੇ ਨੇ ਵੀ ਨਹੀਂ ਲੱਗੀ ਆ ਜੀ ਐਂ ਕਰ ਐਂ ਕਰ। ਅਸੀਂ ਜਿਵੇਂ ਬਰਾੜ ਸਾਹਿਬ ਨੇ ਕਿਹਾ ਵੀ ਜਦੋਂ ਗੱਲ ਹੁੰ ਜਦੋਂ ਅਸੀਂ ਜਿਸ ਨੋਟ 'ਤੇ ਗੱਲ ਛੱਡਦੇ ਹਾਂ, ਮੰਨ ਲਓ ਅਸੀਂ ਗਾਂਧੀ ਥਰਡ ਪਾਰਟ ਕੀਤਾ ਹੈਗਾ ਅਤੇ ਜਿੱਦਾਂ ਅਸੀਂ ਸੈੱਟ ਤੋਂ ਆਇਆ, ਉਦੋਂ ਬਾਅਦ ਦੇਵੀਰ ਦੀ ਮਝੈਲ ਫਿਲਮ ਸਟਾਰਟ ਹੋ ਗਈ, ਤਾਂ ਉਹ 15-20 ਦਿਨ ਮਹੀਨਾ ਉਸ 'ਚ ਬਿਜ਼ੀ ਹੋ ਗਏ, ਸਾਡੀ ਗੱਲ ਨਹੀਂ ਹੋਈ। ਜਦੋਂ ਦੁਬਾਰਾ ਗੱਲ ਹੋਈ ਪਿੱਛੇ ਜੇ, ਅਸੀਂ ਦੁਬਾਰਾ ਇੱਕ ਸ਼ੂਟ ਕੀਤਾ ਸੀਗਾ ਥੋੜ੍ਹਾ ਜਿਹਾ ਦੁਬਾਰਾ, ਤਾਂ ਸਾਡੀ ਜਿਹੜੇ ਨੋਟ 'ਤੇ ਅਸੀਂ ਗੱਲ ਛੱਡਦੇ ਹਾਂ ਉੱਥੇ ਸ਼ੁਰੂ ਹੁੰਦਾ, ਕੋਈ ਗੈਪ ਨਹੀਂ ਹੁੰਦਾ, ਉਹ ਵੀ ਅਸੀਂ 2 ਮਹੀਨੇ ਗੱਲ ਨਹੀਂ ਕੀਤੀ ਜਾਂ 6 ਮਹੀਨੇ ਗੱਲ ਨਹੀਂ ਕੀਤੀ, ਹੁਣ ਪਿੱਛੇ ਜੇ 1-2 ਮਹੀਨੇ ਬਿੱਲਾਂ ਦਾ ਵੀਰ ਬਾਹਰ ਲਾ ਕੇ ਆਇਆ ਤਾਂ ਹੁਣ ਪ੍ਰਮੋਸ਼ਨਾਂ ਦੇ ਇਕੱਠੇ ਹੋਣੇ ਆ, ਤਾਂ ਉਹ ਹੈ ਨਹੀਂ ਉੱਦਾਂ ਦਾ ਵੀ ਗੈਪ ਪੈ ਜਾਂਦਾ, ਤਾਂ ਉੱਥੇ ਸ਼ੁਰੂ ਹੁੰਦੀ ਆ ਗੱਲ, ਉਸੇ ਲਾਫਟਰ 'ਤੇ ਜਿੱਥੇ ਛੱਡੀ ਹੁੰਦੀ ਆ ਸੀ ਉਸੇ ਲਾਫਟਰ ਉਸੇ ਟੋਨ ਤੋਂ ਸ਼ੁਰੂ ਹੁੰਦੀ ਆ ਉਹ ਗੱਲ ਸਾਡੀ, ਤਾਂ ਉਹ ਬੌਂਡਿੰਗ ਹੈਗੀ ਆ ਸਾਡੀ ਸਾਰਿਆਂ ਦੀ। ਜੀ ਥੈਂਕ ਯੂ ਸੋ ਮਚ, ਬਹੁਤ ਚੰਗਾ ਲੱਗਿਆ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਕੇ, ਬਹੁਤ ਸਾਰੀਆਂ ਸ਼ੁਭਕਾਮਨਾਵਾਂ ਕਿ ਫਿਲਮ ਸੁਪਰ ਡੁਪਰ ਹਿੱਟ ਹੋਵੇ, ਫਿਰ ਉਸ ਤੋਂ ਬਾਅਦ ਵੀ ਅਸੀਂ ਗੱਲਾਂ ਕਰੀਏ। ਅਦਿਤੀ ਤੁਹਾਨੂੰ ਵੀ ਬਹੁਤ ਸਾਰੀਆਂ ਸ਼ੁਭਕਾਮਨਾਵਾਂ, ਅਤੇ ਤੁਸੀਂ ਆਪਾਂ ਮਿਲਦੇ ਰਹਾਂਗੇ ਅਤੇ ਕੁਛ ਵਧੀਆ ਜਿਹਾ ਔਡਰ ਕਰਾਂਗੇ ਅਤੇ ਸਾਰੇ ਖਾਵਾਂਗੇ। ਥੈਂਕ ਯੂ ਸੋ ਮਚ। 30 ਤਰੀਕ ਨੂੰ ਵਿਦ ਫੈਮਿਲੀ ਜਾਓ ਅਤੇ ਗਾਂਧੀ 3 11